फाइनल मैच बहुत वड्डे पद्धर दा शीर भगत सिंह कबड्डी क्लब सरहार रणवा बाबा सुखचैन दास कबड्डी क्लब शाहपुर जल्दी ना टीमां दोनो खेल मैदान दे विच पहुंच जाण जिहड़ी संगत नूं आ मैच दा इंतजार सीगा इक वारी ਸ਼ਰਦੇ ਵੀ ਹੁਣ ਸਭ ਡਾਲਿਆ ਪਾ ਲਿਆ ਤੇ ਭੰਗੜਾ ਮਾਵਾਂ ਦੇ ਪੁੱਤ ਸੂਰ ਮੇਂਦਲੇ ਨੀ ਉਹ ਦਿਲਾਂ ਵਿੱਚ ਰੱਖਦੇ ਨਾ ਕੋਈ ਹੇਰ ਫੇਰ ਨੀ ਨੰਗਲ ਅੰਬੀਆਂ ਕਬੱਡੀ ਕੱਪ ਦੇ ਪੈਰੇ ਪਟਾਕੇ ਮਿੱਤਰੋ ਸਰਹਾਰਾ ਰਣਵਾ ਦੀ ਟੀਮ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਰਾ ਰਣਵਾ ਸਰਹਾਰਾ ਰਣਵਾ ਦੀ ਟੀਮ ਜਿਹੜਾ ਟਾਈਮ ਆ ਰਹੀ ਹੈ ਜਲਦੀ ਦੇ ਨਾਲ ਪਹੁੰਚਿਆ ਵੇ ਉਹਨਾਂ ਟਾਈਮ ਇਹੋ ਜਿਹੇ ਸ਼ੇਰਾਂ ਦੀ ਕਮਾਲੀ ਉਹ ਕੱਲੀ ਗੱਲੀ ਬੰਦੀ ਉੱਤੇ ਭਰੂ ਦੀ ਕਮਾਲੀ
ਜਾਨ ਕੋਟ ਦੀ ਪਹਿਲੇ ਜਾਨ ਕਰਦੇ ਨੇ ਜਾਤੀ ਪ੍ਰਦਾਨ ਕਰਕੇ ਜਾਨ ਕੋਟ ਦੀ ਜਾਫੀਆਂ ਨੂੰ ਟੱਚ ਕਰਕੇ ਜਾਫੀਆਂ ਨੂੰ ਟੱਚ ਕਰਕੇ ਦੇਖੀ ਭੱਜਦੇ ਦਲ ਲਾਈਟਾਂ ਬੰਦ ਕਰ ਰਹੇ ਜੀ ਜਿਹੜੀਆਂ ਲਾਈਟਾਂ ਚੱਲ ਰਹੀਆਂ ਪਲੇਅਰਾਂ ਦੀਆਂ ਅੱਖਾਂ ਦੇ ਵਿੱਚ ਪੈਣਗੀਆਂ ਇਲੈਕਟ੍ਰੀਸ਼ਨ ਵੀ ਲਾਈਟਾਂ ਬੰਦ ਕਰ ਲਓ ਜਾਂ ਦਰਸ਼ਕਾਂ ਦੇ ਮਾਰ ਦਿਓ ਉਹਨਾਂ ਨੂੰ ਗਰਾਊਂਡ 'ਚ ਨਾ ਮਾਰੋ ਪਲੀਜ਼ ਇੱਥੋਂ ਸਕਿਉਰਿਟੀ ਵਾਲੇ ਵੀਰ ਧਿਆਨ ਦੇ ਸਕਿਉਰਿਟੀ ਵਾਲੇ ਫਾਈਨਲ ਸੁਪਰ ਫਾਈਨਲ ਫਾਈਨਲ ਮੈਚ ਸਮਾਂ ਹੋਵੇਗਾ 20-5 ਰਨਰ ਸ਼ਿਕਰੀਓ ਸੁਪਰ ਫਾਈਨਲ ਬਲਵੀਰ ਬਿੱਟੂ ਜੀ ਵੱਲੋਂ ਦੋਨੋਂ ਟੀਮਾਂ ਦੇ ਕੋਚਾਂ ਸਾਹਿਬਾਨਾਂ ਨੂੰ ਤੇ ਖਿਡਾਰੀਆਂ ਨੂੰ ਸਖ਼ਤ ਹਦਾਇਤ ਹੈ ਦਰਸ਼ਕੋ ਜਿਵੇਂ ਕਿ ਤੁਸੀਂ ਸਾਡੇ ਨਾਲ ਲਾਈਵ ਜੁੜੇ ਹੋ ਮੇਰੇ ਨਾਲ ਇੱਥੇ ਸਰਾਲਾ ਰਣੂ ਦਾ ਖਿਡਾਰੀ ਪਾਲਾ ਜਲਾਲਪੁਰੀਆ ਉਹਨੂੰ ਇੱਕ ਸਵਾਲ ਪੁੱਛਣਾ ਪਾਲੇ ਆਮ ਤੌਰ ਤੇ ਖਿਡਾਰੀਆਂ ਨੂੰ ਐਕਸ਼ਨ ਕਰਦੇ ਹੋਏ ਦੇਖਿਆ ਜਾਂਦਾ ਪਰ ਤੁਸੀਂ ਬਹੁਤ ਘੱਟ ਉਹ ਚੀਜ਼ ਕਰਦੇ ਉਹਦੇ ਪਿੱਛੇ ਕੀ ਕਾਰਨ ਹੈ ਭਾਜੀ ਮੈਂ ਹਰੇਕ ਦਾ ਆਪੋ ਆਪਣਾ ਪਰ ਮੈਂ ਸੋਚਦਾ ਵੀ ਜਦੋਂ ਕੋਈ ਮੋਹਰਲਾ ਕਰੇ ਫੇਰ ਕਰਨ ਦਾ ਹੋਰ ਸਵਾਦ ਜੇ ਕੋਈ ਮੋਹਰਲਾ ਕਰੇ ਫੇਰ ਕਰਿਆ ਕਰਾਂਗੇ ਪਰ ਜਿੰਨਾ ਚਿਰ ਮੇਰੇ ਕੋਈ ਮੋਹਰੇ ਨਹੀਂ ਕਰਦਾ ਮੈਂ ਉਹਨਾਂ ਚਿਰ ਐਕਸ਼ਨ ਨਹੀਂ ਕਰਦਾ ਬਹੁਤ ਬਹੁਤ ਸ਼ੁਕਰੀਆ ਇੱਕੋ ਹੀ ਸਵਾਲ ਸੀ ਤੁਹਾਡੇ ਲਈ ਥੈਂਕ ਯੂ ਵੈਰੀ ਮੱਚ ਸੋ ਇਹ ਸੀ ਜੀ ਪਾਲਾ ਜਲਾਲਪੁਰੀਆ ਇੱਕ ਖਿਡਾਰੀ ਆਪਾਂ ਜਿਹੜਾ ਸ਼ਾਹਕੋਟ ਦੀ ਟੀਮ 'ਚੋਂ ਵੀ ਲਵਾਂਗੇ ਜਿਹਨੂੰ ਇੱਕ ਸਵਾਲ ਪੁੱਛਾਂਗੇ ਸਾਡੇ ਨਾਲ ਐਸਾ ਜੁੜ ਰਹੋ ਔਰ ਇਸ ਵੱਡੇ ਮੈਚ ਨੂੰ ਇੰਜੋਏ ਕਰਦੇ ਰਹੋ ਬਹੁਤ ਬਹੁਤ ਸ਼ੁਕਰੀਆ ਹੁਣ ਸੁਪਰ ਫਾਈਨਲ ਮੇਰੇ ਵੀਰੋ ਐਨ ਸਿਰਾ ਲੱਗਣਾ ਹੈ ਗੱਲ ਟਿਕਾਣੇ ਲੱਗਣੀ ਹੈ ਮੇਰੇ ਵੀਰੋ ਐਨ ਸਿਰੇ ਦੀ ਟੱਕਰ ਹੋਣੀ ਹੈ ਇੱਕ ਪਾਸੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਔਰ ਦੂਸਰੇ ਪਾਸੇ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਦਰਸ਼ਕੋ ਜਿਵੇਂ ਕਿ ਤੁਸੀਂ ਜਾਣਦੇ ਹੋ ਹੁਣ ਮੇਰੇ ਨਾਲ ਸ਼ਾਹਕੋਟ ਦੀ ਜਿਹੜੀ ਟੀਮ ਹੈ ਉਹਦੇ ਖਿਡਾਰੀ ਖੁਸ਼ੀ ਦੁੱਗਾ ਨੇ ਖੁਸ਼ੀ ਮੈਂ ਪਾਲੇ ਤੋਂ ਸਵਾਲ ਕੀਤਾ ਕਿ ਤੁਸੀਂ ਜਿਹੜਾ ਐਕਸ਼ਨ ਜਿਹੜਾ ਉਹ ਘੱਟ ਕਰਦੇ ਨੇ ਪਰ ਮੈਂ ਤੁਹਾਨੂੰ ਸਵਾਲ ਕਰਦਾ ਕਿ ਜਦੋਂ ਤੁਸੀਂ ਮੈਚ ਖੇਡਦੇ ਹੋ ਤਾਂ ਕਾਫੀ ਤੁਹਾਨੂੰ ਦਰਸ਼ਕਾਂ ਦੀ ਜਿਹੜੀ ਵਾਹਵਾ ਜਿਹੜਾ ਉਹ ਮਿਲਦੀ ਹੈ ਜਦੋਂ ਤੁਸੀਂ ਆਪਣੇ ਸਟਾਈਲ ਨੂੰ ਪੇਸ਼ ਕਰਦੇ ਹੋ ਉਹਦੇ ਪਿੱਛੇ ਕੋਈ ਕੀ ਕਾਰਨ ਹੈ ਜਿਹੜਾ ਉਹ ਸਟਾਈਲ ਕਿਉਂ ਬਣਿਆ ਅਤੇ ਤੁਸੀਂ ਉਹ ਕਿਉਂ ਕਰਦੇ ਹੋ ਉਹਦੇ ਪਿੱਛੇ ਕੀ ਕਾਰਨ ਹੈ ਹਾਂਜੀ ਹਰੇਕ ਗੇਮ ਦੇ ਵਿੱਚ ਇੰਟਰਟੇਨਮੈਂਟ ਆ ਮੈਂ ਵੀ ਦਰਸ਼ਕਾਂ ਦੇ ਇੰਟਰਟੇਨਮੈਂਟ ਲਈ ਐਕਸ਼ਨ ਕਰਦਾ ਬਾਕੀ ਬਾਅਦ ਜਦੋਂ ਐਕਸ਼ਨ ਕਰਦਾ ਪਰਮਾਤਮਾ ਮੇਰੇ ਨਾਲ ਆਪਣੇ ਆਪ ਨੂੰ ਹੌਸਲਾ ਦਿੰਦਾ ਮੈਂ ਕਿਸੇ ਦੇ ਜਿੱਦਾਂ ਕਿ ਲਾਲਾ ਕਿਸੇ ਨੂੰ ਲਾ ਕੇ ਨਹੀਂ ਕਰਦਾ ਮੈਂ ਆਪਣਾ ਇੰਜੋਏ ਕਰਦਾ ਅਤੇ ਦਰਸ਼ਕਾਂ ਦਾ ਇੰਜੋਏ ਕਰਾਉਣਾ ਬਸ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇੱਕੋ ਸਵਾਲ ਸੀ ਤੁਹਾਡੇ ਲਈ ਸੋ ਦੋਸਤੋ ਆਹ ਮੈਚ ਜਿਹੜਾ ਹੁਣ ਸ਼ੁਰੂ ਹੋਣ ਲੱਗਿਆ ਉਸ ਤੋਂ ਪਹਿਲਾਂ ਜਿਹੜੇ ਜਿਹੜੇ ਦਰਸ਼ਕਾਂ ਨੇ ਜੇ ਥੰਬਸ ਅਪ ਦਾ ਬਟਨ ਨਹੀਂ ਕਲਿੱਕ ਕੀਤਾ ਉਹ ਕਲਿੱਕ ਕਰ ਦਿਓ ਅਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਅਗਲੀ ਮੈਚ ਵੀ ਤੁਹਾਡੇ ਤੱਕ ਪਹੁੰਚਦੇ ਰਹਿਣਗੇ ਮੈਚ ਸ਼ੁਰੂ ਹੋਣ ਜਾ ਰਿਹਾ ਵੱਡਾ ਮੈਚ 2.5 ਲੱਖ 2 ਲੱਖ ਅਤੇ ਬੁਲਟ ਮੋਟਰਸਾਈਕਲ ਬੈਸਟ ਦੇ ਲਈ ਹੋਣਗੇ ਮੈਚ ਸਟਾਰਟ ਹੋਣ ਲੱਗਿਆ ਇੰਜੋਏ ਕਰਦੇ ਰਹੋ ਬਹੁਤ ਬਹੁਤ ਸ਼ੁਕਰੀਆ ਗੂੰਜੂਗਾ ਅਸਮਾਨ ਮਿੱਤਰੋ ਅੱਜ ਕਬੱਡੀ ਦਾ ਮੈਦਾਨ ਹੁਣ ਬਣ ਜਾਣਾ ਹੈ ਜੰਗ ਦਾ ਮੈਦਾਨ ਮਿੱਤਰੋ ਆ ਮੈਚ ਕਹਿੰਦੇ ਜਿਵੇਂ ਠੇਠ ਪੰਜਾਬੀ ਚ ਕਹਿ ਲਈਏ ਲੱਖੀ ਨਾ ਹਜ਼ਾਰੀ ਇਹਦਾ ਨਾ ਕਰੋੜਾਂ ਵਿੱਚ ਮੁੱਲ ਨਹੀਂ ਮੇਰੇ ਵੀਰੋ ਜਿਹੜੀ ਹੁਣ ਕਬੱਡੀ ਦੇਖਣ ਨੂੰ ਮਿਲਣੀ ਹੈ ਐਨ ਸਿਰੇ ਦਾ ਮੈਚ ਹੋਣਾ ਹੈ ਇੱਕ ਪਾਸੇ ਕਹਿੰਦੇ ਸਰਹਾਲਾ ਰਣੂਆ ਹੈ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਜਲਾਲਪੁਰੀਏ ਪਾਲੇ ਨੂੰ ਕਹਿੰਦੇ ਪਹਿਲੇ ਕੱਪ ਤੇ ਫਾਰਚੂਨਰ ਗੱਡੀ ਦਿੱਤੀ ਗਈ ਇਸੇ ਕਬੱਡੀ ਕੱਪ ਤੇ ਅਗਲੇ ਸਾਲ ਦਿੜਵੇ ਵਾਲੇ ਕਹਿੰਦੇ ਲੁੱਦਰ ਨੂੰ ਗੱਡੀ ਦਿੱਤੀ ਗਈ ਹੈ ਇਸ ਸਾਲ ਵੀ ਸਨਮਾਨ ਵੱਖਰੇ ਹੋਏ ਹੈ ਤੇ ਵੇਖਣਾ ਵੀ ਅੱਜ ਵੱਡੀ ਟੱਕਰ ਇਸ ਵੇਲੇ ਦੇਖਣ ਨੂੰ ਮਿਲੀ ਹੈ ਵੱਡੀ ਟੱਕਰ ਇਸ ਵੇਲੇ ਦੇਖਣ ਨੂੰ ਮਿਲੀ ਹੈ ਐਨ ਸਿਰੇ ਦੀ ਟੱਕਰ ਹੋਠੀਆਂ ਵਾਲਾ ਸੋਨਾ ਕਹਿੰਦਾ ਵੀ ਸਾਡੇ ਭਰਾ ਦਾ ਕੱਪ ਸੀਗੇ ਇੰਗਲੈਂਡ ਤੋਂ ਆਏ ਸੀ ਐਨ ਦਿਲ ਖੁਸ਼ ਹੋ ਗਿਆ ਸ਼ੀਰੇ ਫਰਾਂਸ ਦਾ ਸ਼ੀਰੇ ਔਲਖ ਮਹਿੜੂ ਦਾ
ਬਲਜੀਤ ਸੰਧੂ ਹੋਣਾ ਦਾ ਕਾਲੇ ਹਾਸ ਹੋਣਾ ਦਾ ਵਿਸ਼ੇ ਤੌਰ ਤੇ ਧੰਨਵਾਦ। ਪਿੰਕਾ ਸੇਖੋ ਕਹਿੰਦਾ ਮੈਂ ਦਰਸ਼ਕਾਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਵੀ ਮੈਂ ਬੜਾ ਟਾਈਮ ਲਾਇਆ ਸੀ ਟ੍ਰੈਕ ਤਿਆਰ ਕਰਨ ਲੱਗੇ ਨੇ ਪਰ ਅੱਜ ਇਕੱਠ ਜ਼ਿਆਦਾ ਹੈ ਸਾਡੇ ਪ੍ਰਬੰਧ ਫਿਰ ਵੀ ਫਿੱਕੇ ਰਹਿ ਗਏ ਹੈ ਆਉਣ ਵਾਲੇ ਸਮੇਂ 'ਚ ਫਿਰ ਇਸ ਤੋਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਪਿੰਕਾ ਜੀ ਆਪ ਸੰਦੀਪ ਆਪ ਕਹਿ ਰਿਹਾ ਵੀ ਅਸੀਂ ਆਪਣੇ ਰੱਬ ਤੋਂ ਮਾਫੀ ਚਾਹੁੰਦੇ ਹਾਂ। ਪਲੀਜ਼ ਲਾਈਟਾਂ ਵਾਲਾ ਵੀਰ ਧਿਆਨ ਦੇਵੇ ਉਹ ਲਾਈਟਾਂ ਵੀ ਜਿਹੜੀਆਂ ਚੱਲ ਰਹੀ ਹੈ ਕਿਰਪਾ ਕਰਕੇ ਬੰਦ ਕਰ ਲਈਆਂ ਜਾਣ ਲਾਈਟਾਂ ਬੰਦ ਕਰ ਲਈਆਂ ਜਾਣ। ਪਹਿਲੀ ਰੇਡ ਕੇ ਪਾਪ ਤਕੜਾ ਖੇਡਿਆ ਪੁੱਤ ਦੀ ਚੜਤ ਵੀ ਪਾਉਂਦਾ ਰੇਡ ਨਾਲ ਪੂਰੀ ਮਣਕ ਵੀ ਦੁਨੀਆ ਤੇ ਛਾਇਆ ਪੁੱਤ ਪ੍ਰੀਤਮ ਪ੍ਰਭਾਤ ਦਾ ਬੱਚੇ ਬੱਚੇ ਦੀ ਜਵਾਨ ਉੱਤੇ ਸੁਲਤਾਨ ਦਾ ਬੱਚੇ ਬੱਚੇ ਦੀ ਜਵਾਨ ਉੱਤੇ ਨਾਮ ਹੈ ਸੁਲਤਾਨ ਦਾ। ਲੈ ਵੀ ਖੋਸਿਆ ਵਾਲਾ ਜਿੰਨਾ ਕਮਜ਼ੋਰ ਹੈਗਾ ਅੱਜ ਲਾ ਦੇ ਫਾਈਨਲ ਦੇ ਵਿੱਚ ਧਰਤੀ ਪਾਤੀ ਦੀ ਰੇਡ ਮੇਰੇ ਮਿੱਤਰੋ ਉਧਰ ਚਾਰ ਦੇ ਚੁੱਕਿਆ ਵਾਲਾ ਤਿਆਰ ਹੈ ਅੱਜ ਕਹਿੰਦੇ ਸੱਪ ਵੀ ਭਰਦੇ ਹੈ ਲਓ ਸਾਹਮਣੇ ਨੰਬਰ ਜਿਹੜਾ ਹੈ ਉਹ ਰੇਡਰ ਦੇ ਹਿੱਸੇ ਜੁੜਦਾ ਹੋਇਆ ਪਾਲੀ ਦੀ ਰੇਡ ਲਓ ਸਾਹਮਣੇ ਕਹਿੰਦੇ ਚਾਰ ਚਾਰੇ ਦੇ ਤਿਆਰ ਨੇ ਜਾਂ ਸਪਾਂਸਰ ਗਰੁੱਪ ਜ਼ਰੂਰ ਸੰਪਰਕ ਕਰ ਲਵੇ ਲਓ ਪਾਲੀ ਫਤਿਹਗੜ੍ਹ ਛੰਨਾ ਵਾਲਾ ਲੈ ਵੀ ਖੋਸਿਆ ਵਾਲਾ ਲਓ ਪਾਲੀ ਦੀ ਰੇਡ ਗੱਲਾਂ ਹੋਰ ਨਾ ਬਣ ਜਾਣ ਲਾਗਲੀ ਰੇਡ ਰਸ਼ੀਅਨ ਟੈਂਕ ਨੇ ਪਾ ਦਿੱਤੀ ਹੈ ਮੇਰੇ ਵੀਰੋ ਸੰਦੀਪ ਲੋਦਰ ਨੇ ਪਾ ਦਿੱਤੀ ਹੈ ਕਬੱਡੀ ਦੇ ਵੱਡੇ ਮਨ ਨੇ ਪਾ ਦਿੱਤੀ ਹੈ ਦਿੜਵੇ ਵਾਲੇ ਸੰਦੀਪ ਕੁਮਾਰ ਨੇ ਪਾ ਦਿੱਤੀ ਹੈ ਮਾਂ ਦੇ ਲੁੱਤੇ ਨੇ ਪਾ ਦਿੱਤੀ ਹੈ ਆਹ ਸੰਦੀਪ ਲੋਦਰ ਦੀ ਰੇਡ ਨੰਬਰ ਲੋਦਰ ਦਾ ਹੈ ਨੰਬਰ ਇਸ ਲਈ ਕਹਿੰਦੇ ਸੰਦੀਪ ਲੋਦਰ ਦਾ ਅਗਲੀ ਰੇਡ ਮਲੀਆ ਵਾਲਾ ਰਮਨਾ ਪਾਉਣ ਦੇ ਲਈ ਵੱਧ ਰਿਹਾ ਇੱਕ ਕੰਡੀ ਤੇ ਖੁਸ਼ੀ ਹੈ ਨਾਲ ਅਮਰਤ ਹੈ ਹੋਰਲੀ ਕੰਡੀ ਤੇ ਸ਼ਰਨ ਹੈ ਵੇਖਣਾ ਵੀ ਹੁਣ ਕਿਹੜੇ ਖਿਡਾਰੀ ਨਾਲ ਹੁੰਦਾ ਮੁਕਾਬਲਾ ਤੇ ਗੱਲ ਅਮਰੀਕ ਕਰੇਗਾ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਲੋਕੋ ਵਾਲਿਆ ਪਿਆਰੇ ਦੀ ਸੌਣ ਹੈ ਜਿਵੇਂ ਜਲੰਧਰ ਦੇ ਪਿੰਡਾਂ ਦੀਆਂ ਕੰਬੀਆਂ ਕੰਧਾਂ ਤੋਂ ਕਹਿੰਦੇ ਸੀਮੈਂਟ ਵੀ ਝੜ ਝੜ ਡਿੱਗਦਾ ਸੀਮੈਂਟ ਵੀ ਝੜ ਝੜ ਡਿੱਗਦਾ ਪਿਆਰਾ ਮਨ ਵੀ ਸੌਣ ਲੱਗੀ ਹੋਈ ਹੈ ਅੱਜ ਸਾਰਾ ਦੁਆਬਾ ਨੱਚੂ ਅੱਜ ਸਾਰਾ ਮਾਲਵਾ ਨੱਚੂ ਅੱਜ ਸਾਰਾ ਮਾਝਾ ਨੱਚੂ ਅੱਜ ਸਾਰਾ ਪੰਜਾਬ ਨੱਚੂ ਅੱਜ ਨੱਚਣਗੇ 22 ਜ਼ਿਲ੍ਹੇ ਮੇਰੇ ਮਿੱਤਰ ਦੰਦ ਲੰਬੀਆਂ ਨੇ ਕਬੱਡੀ ਕੱਪ ਦੇ ਨਾਲ ਕਮਲ ਦੀ ਰੇਡ ਹੈ ਉਧਰ ਜਾਫੀ ਚਾਰ ਨੇ ਚਾਰਾਂ ਦੇ ਵਿੱਚੋਂ ਕਿਹਨੇ ਟਰਾਈ ਕੀਤੀ ਲੱਗਦਾ ਜ਼ੋਰ ਹੁਸ਼ਿਆਰਾ 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 ਪਰ ਕਮਲ ਇਸ ਵੇਲੇ ਤਕੜਾ ਨੰਬਰ ਜੋੜ ਗਿਆ ਉਹ ਮੱਚਦਾ ਗਿਆ ਕਬੱਡੀ ਦਾ ਉਹ ਦੁਨੀਆ ਦਾ ਚੇਤਾ ਉਹ ਕਹਿੰਦੇ ਜੱਗ ਦਾ ਦਿਲ ਜਿੱਤਣ ਵਾਲਾ ਦੁੱਲਾ ਆ ਬੱਗੇ ਪਿੰਡੀਆਂ ਦੁੱਲਾ ਆਓ ਆਪ ਸਭ ਦਾ ਚੇਤਾ ਦੁੱਲਾ ਇਸ ਲਈ ਆਹ ਵਾਹੇ ਦੁੱਲਿਆ ਉਹ ਵਾਹੇ ਦੁੱਲਿਆ ਉਹ ਜਿਹੜੇ ਜਿਹੜੇ ਦੁੱਲੇ ਨੂੰ ਪਿਆਰ ਕਰਦੇ ਦੁੱਲੇ ਦੇ ਨਾਮ ਨਾਲ ਲਲਕਾਰੋ ਸਾਹਮਣੇ ਕਹਿੰਦੇ ਦਲਵੀਰ ਮਨਾਣੇ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਉਧਰ ਚਾਰ ਨੇ ਤੇ ਚਾਰੇ ਦੇ ਚਾਰੇ ਪਿਆਰ ਨੇ ਕਿ ਚੱਪ ਕੱਢ ਕੇ ਯਾਰਾਂ ਨੇ ਕਿੱਲ ਕੱਟ ਕੇ ਖੀਤੀ ਠੋਕ ਕੇ ਤਸੱਲੀ ਵਾਲੀ ਝੱਟ ਮਿੱਤਰੋ ਰਾਜੇ ਖੇਲੇ ਅੱਤ ਦਾ ਵੀ ਸਿਰਾ ਹੋ ਗਿਆ ਝੜ ਗਈ ਸਰੀਰਾਂ ਵਾਲੀ ਕੰਡ ਮਿੱਤਰੋ ਝੜ ਗਈ ਸਰੀਰਾਂ ਵਾਲੀ ਕੰਡ ਮਿੱਤਰੋ ਨਾ ਟਿੱਪੇ ਵਾਲਾ ਪਾਰਟੀ ਕਬੱਡੀ ਪਾ ਰਿਹਾ ਜੇ ਅਮਰੀਕ ਖੁਸ਼ੀ ਪੈ ਗਿਆ ਤੇ ਕੰਡ ਕੰਡ ਚੜੂਗੀ ਲੋਪੋ ਵਾਲਿਆ ਕੰਡ ਵੀ ਚੜੂ ਸੱਪ ਵੀ ਭੰਨੇ
अमृत मेरे वीर अगली रेर सुल्तान सुल्तान लुटिया पाउंदा आ लुटिया पाउंदा आ लुटिया पाउंदा बुग्गा मलिया वाला है बुग्गा मलिया वाला है सरहारा रणुआ की टीम दे ली मेरे वीर अब पंप बज रहा है पंप बज रहा है इसलिए जफा लग रहा है सेवा सिंह राणी की टीम दे ली बलवीर पीरी उन्हों की खेड क्लब है और दूसरे पासे वैनकूवर मेट्रो ते पेरिया कबड्डी क्लब वाले की टीम है मेट्रो वाला सुखा कहते सिडनी वाला वो भी आस्ट्रेलिया तो आया हुआ है वो भी मेन स्पॉन्सर है और सामने इसलिए कबड्डी वाला वाला सुखा केदा अड़पस वहा मारे पुठे सदे ना पर सुखा माला माला तगड़ा नंबर जोड़ता है अगली रेड मैं भी प्रदीप चेक कर ले 365 वाले चेक कर ले आओ सामने लुटर दी रेड ओ पाले लुटर नु चेक कर ले लुटर नु चेक कर ले भी भरया की है पिंडे च इधर चके जा रशियन टैंक ते हमले ते होने हैं पर देखने भी मोर्चा कौन जितना है उधर गुरनाम पुलार सरपंच यूएसए ये 5000 तो काट सानू यहाँ जितनी है 5000 पुजदा कर दियो जी एक जफे का 5000 जिहड़ा पुजदा कर रहे हो एक नंगे लंबी दा कप ने कप है 5000 तो ते स्टार्टिंग ही है 5000 तो ते स्टार्टिंग ही है मेरे वीरो कमल आ गया नवे पिंडी है और चार जाफी इसने सरहाना रणुआ दी टीम दे शाको ते सरहाने दा मैच है गल्ला चेक च हो रही है लाओ सामने ए ए ए ए आओ तो क्या वाला इशारा कर गया है अमन वीए पॉइंट जेड़ा है रेडर दे इससे जुड़ना है अगली रेयर लाइव प्रदीप चेक कर ले अब्दुल्ला अब्दुल्ला दुल्ला पक्के पिंड वाला दुल्ला पक्के पिंड वाला दुल्ला गवांडी पिंड वाला दुल्ला पक्के पिंड वाला है अब्दुल्ला गवांडी पिंड वाला है मेरे वीरो लाओ सामने कहते पाली भी कबड्डी पह रही है ਪਿੰਕਾ ਸੇਖੋ ਜੀ ਦਾ ਧੰਨਵਾਦ ਹੈ ਕਹਿੰਦਾ ਇੱਕ ਮੇਰਾ ਸੁਪਨਾ ਸੀ ਵੀ ਬੁਲਾਰੇ ਉੱਚੇ ਕਰਕੇ ਮੋਦੀ ਦੇ ਬਰਾਬਰ ਰਵਾਉਣੇ ਹੈ ਮੋਦੀ ਦੇ ਬਰਾਬਰ ਰਵਾਉਣੇ ਹੈ ਬੁਲਾਰੇ ਉੱਚੇ ਕਰਕੇ ਮੋਦੀ ਦੇ ਬਰਾਬਰ ਰਵਾਉਣੇ ਹੈ ਮੇਰੇ ਅਮਰੀਕ ਮੈਂ ਤੇ ਮੋਦੀ ਦੀ ਰੇਸ ਨਹੀਂ ਕਰ ਰਹੀ ਕਿਉਂਕਿ ਉਹਨੂੰ ਗਾਲਾਂ ਬਹੁਤ ਪੈਂਦੀਆਂ ਆਹ ਸਾਹਮਣੇ ਇਸ ਵੇਲੇ ਨੌਜਵਾਨ ਨੇ ਕਬੱਡੀ ਪਾ ਦਿੱਤੀ ਹੈ ਇਹ ਹੈ ਮੇਰੇ ਵੀਰੋ ਪੰਟੀ ਮੈਂ ਵੀ ਅਮਰੀਕ ਕਰ ਗੱਲ ਲਓ ਪੰਟੀ ਦੀ ਰੇਡ ਤੇ ਕਹਿੰਦੇ ਧੁੱਕ 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 ਓ ਨੰਗੇ ਪਿਆਰੇ ਆ ਰਹੇ ਨੇ ਯਾਰੋ ਖੁਸ਼ੀ ਲੋਕੋ ਵਾਲਾ ਪੁੱਛਦਾ ਤੇ ਲੋਕੀ ਕਹਿੰਦੇ ਨਜ਼ਾਰਾ ਆਉਂਦਾ ਹੈ ਜੇ ਅੱਜ ਨਾ ਨਾ ਕੋਈ ਫੜਿਆ ਲੋਕਾਂ ਨੇ ਕਹਿਣਾ ਖੁਸ਼ੀ ਨੇ ਫੜੀ ਨਹੀਂ ਭੰਨੀ ਖੁਸ਼ੀ ਨੇ ਫੜੀ ਨਹੀਂ ਭੰਨੀ ਅਗਲੀ ਰੇਡ ਸੁੱਖੇ ਦੀ ਅਮਰ ਕਰਗਲ ਮੋਦੇ ਦੀ ਵਾਲਾ ਵਾਲਾ ਸੁੱਖਾ ਕਬੱਡੀ ਪਾ ਰਿਹਾ ਇੱਕ ਵੀਰ ਨੇ ਕੱਲ ਫੋਟੋ ਪਾਈ ਵੀ ਪਿੰਡ ਦਾ ਕੱਪ ਮਿਸ ਕਰ ਰਿਹਾ ਉਹ ਸਾਡਾ ਗੁਰਜੀਤ ਸੰਧੂ ਆ ਇੰਗਲੈਂਡ ਦੇ ਵਿੱਚ ਲੈ ਵੀ ਗੁਰਜੀਤ ਤੂੰ ਵੀ ਭਰਾ ਸਾਡੇ ਵਿੱਚ ਹਾਜ਼ਰ ਹੈ ਅੰਗਰੇਜ਼ ਫੌਜੀ ਨਹੀਂ ਕਹਿੰਦੇ ਪਿੰਕਾ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਆਹ ਸਾਹਮਣੇ ਅਮਰ ਤੇ ਮਾਲਾ ਵਾਲਾ ਸੁੱਖਾ ਇਹ ਮਾਲਾ ਵਾਲਾ ਸੁੱਖਾ ਉਂਗਲੀ ਖੜੀ ਹੈ ਉਂਗਲੀ ਖੜੀ ਹੈ ਤੇ ਸੁਲਤਾਨ ਨੇ ਵੀ ਪੱਟ ਤੇ ਥਾਪੀ ਚੜੀ ਹੈ ਮੇਰੇ ਵੀਰ ਉਂਗਲੀ ਖੜੀ ਹੈ ਥਾਪੀ ਚੜੀ ਹੈ ਲਓ ਚਾਰ ਨੇ ਤੇ ਚਾਰੇ ਦੇ ਚਾਰੇ ਤਿਆਰ ਨੇ ਹੁਣ ਕੌਣ ਪੱਲੇ ਬੱਲੇ ਕਰਵਾਊਗਾ ਮੇਰੇ ਮਿੱਤਰੋ ਲਓ ਕੀਤੀ ਟਰਾਈ ਫੜ ਲਿਆ ਸੁਲਤਾਨ ਕਬੱਡੀ 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 ਨੰਗੇ ਰੰਬੀ ਹੈ ਕਬੱਡੀ ਕੱਪ ਤੇ ਹੁਣ ਕਹਿੰਦੇ ਹੋ ਤੁਸੀਂ ਪੈਂਦੇ ਨੇ ਪੜਾਕੇ ਵੱਲੀਏ ਪੈਂਦੇ ਨੇ ਪੜਾਕੇ ਵੱਲੀਏ ਲਓ ਸਾਹਮਣੇ ਇਸ ਨੇ ਪਈ ਹਰੇ ਨੰਬਰ ਧਾਵੀ ਦਾ ਉਹ ਨੰਗੇ ਰੰਬੀ ਹੈ ਕਬੱਡੀ ਕੱਪ ਤੇ ਉੱਚੀ ਦੇ ਰਹੇ ਆਖੋ ਯਾਰ ਨੰਗੇ ਰੰਬੀ ਹੈ ਕਬੱਡੀ ਕੱਪ ਤੇ
ਪੈਂਦੇ ਨੇ ਪਟਾਕੇ ਬਲੀਏ ਰਸ਼ਨ ਟੈਂਕ ਆ ਗਿਆ ਹੁਣ ਸ਼ਾਹਕੋਟ ਵਾਲੇ ਨੇ ਟੈਂਕ ਛੱਡਿਆ ਸਰਾਰਾ ਰਣੂ ਵਾਲੇ ਕੋਲੇ ਲੜਾਈ ਵਾਲੇ ਜਾ ਜਾ ਹੁਣ ਵੇਖਦੇ ਵੀ ਟੱਕਰ ਕਿਹੋ ਜਿਹੀ ਹੁੰਦੀ ਹੈ ਟੱਕਰ ਕਿਹੋ ਜਿਹੀ ਹੁੰਦੀ ਹੈ ਟੱਕਰ ਕਿਹੋ ਜਿਹੀ ਹੁੰਦੀ ਹੈ ਪਰ ਰਸ਼ੀਅਨ ਟੈਂਕ ਬੜਾ ਪਾਵਰਫੁੱਲ ਹੈ ਐਨ ਸਿਰਾ ਲਾ ਗਿਆ ਮੇਰੇ ਵੀਰੋ ਤੇ ਕੌਣ ਆ ਗਿਆ ਉਧਰ ਕਹਿੰਦੇ ਬਣ ਗਏ ਸੱਪ ਧੁੱਗਿਆਂ ਵਾਲਿਆ ਬੀਨ ਬੂਨ ਚੱਕ ਲੈ ਉਧਰ ਦੁੱਲੇ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਮੂਡ ਹੋਵੇ ਦੁੱਲੇ ਦਾ ਛੱਪੀ ਨਹੀਂ ਪਾਉਂਦਾ ਏ ਆਈ ਤੇ ਆਇਆ ਪਾਲਾ ਮਿੱਤਰੋ ਅੱਤ ਕਰਾਉਂਦਾ ਏ ਪਰ ਸਾਹਮਣੇ ਅੱਤ ਕੌਣ ਕਰਾ ਗਿਆ ਕੌਣ ਸਿਰਾ ਲਾ ਗਿਆ ਉਹ ਕੌਣ ਬਾਜੀ ਪਾ ਗਿਆ ਮੁੰਡਾ ਫਰੀਦਕੋਟ ਹੈ ਸਰਾਵਾ ਵਾਲਾ ਲੱਖਾ ਪਿਛਲੇ ਸਾਲ ਚੋਣ ਕਰਾਈ ਸੀ ਦੰਗੇ ਰੁਪਈਆਂ ਦੇ ਵਿੱਚ ਐਵੇਂ ਨੀ ਮੈਟਰੋ ਵਾਲਿਆਂ ਨੇ ਚੋਣ ਕੀਤੀ ਸੀਗੀ ਆਹ ਸਾਹਮਣੇ ਇਸ ਵੇਲੇ ਕਮਲ ਤਕੜਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਆਇਆ ਐਨ ਸਿਰੇ ਦਾ ਮੈਚ ਵਾਟਰ ਬ੍ਰੇਕ ਵਾਟਰ ਬ੍ਰੇਕ ਵਾਟਰ ਬ੍ਰੇਕ ਜਾਫੀਆਂ ਨੂੰ ਟੱਚ ਕਰਕੇ ਉਹ ਭਾਈ ਭੰਗੜਾ ਭੁਗੜਾ ਪਾ ਲੋ ਮੈਂ ਵੀ ਸੰਦੀਪ ਦੁਨੀਆ ਝੂਮ ਰਹੀ ਹੈ ਦੁਨੀਆ ਝੂਮ ਰਹੀ ਹੈ ਐਨ ਸਿਰੇ ਦਾ ਮੈਚ ਹੈ ਮੇਰੇ ਵੀਰੋ ਗੱਲ ਟਿਕਾਣੇ ਲੱਗੀ ਪਈ ਹੈ ਸੰਦੀਪ ਕਹਿੰਦਾ ਵੀ ਕਬੱਡੀ ਨੇ ਬੜਾ ਕੁਝ ਦਿੱਤਾ ਜੋ ਵੀ ਦਿੱਤਾ ਕਬੱਡੀ ਨੇ ਦਿੱਤਾ ਆਪਾਂ ਕਬੱਡੀ ਲਈ ਵਧੀਆ ਕਰਨਾ ਤੇ ਯਾਰੀ ਕਹਿੰਦੇ ਮਾਨਾਵਾਰੀ ਵਾਲੇ ਮੁੰਡੇ ਨਾਲ ਪੈ ਗਈ ਹੈ ਆਹ ਸਾਹਮਣੇ ਇਸ ਵੇਲੇ ਬਾਟੀ ਨੇ ਰੇਡ ਪਾਈ ਹੈ ਅਮਰੀਕਾ ਗੱਲ ਲਓ ਪੈਂਦੀ ਰੇਡ ਕੇ ਮਾਨਾਵਾਲੀ ਪਿੰਡ ਦੀਆਂ ਰਾਹਾਂ ਨੂੰ ਸਲਾਮ ਹੈ ਮਾਨਾਵਾਲੀ ਪਿੰਡ ਦੀਆਂ ਸੜਕਾਂ ਨੂੰ ਸਲਾਮ ਹੈ ਜੋ ਸੜਕ ਸਾਡੇ ਰੱਬ ਦੇ ਘਰ ਨੂੰ ਜਾਂਦੀ ਹੈ ਹੁਣ ਚੋਰ ਕੀਤੀ ਹੈ ਕੁਲਾਰਾਂ ਵਾਲੇ ਦੀ ਮੈਨੂੰ ਲੱਗਦਾ ਪੇਕੇ ਦੀ ਅੱਧੀ ਜ਼ਿੰਦਗੀ ਕੋਰਟ ਕਚਹਿਰੀਆਂ ਦੀ ਲੰਘ ਜਾਣੀ ਹੈ ਜੇ ਚੰਗੇ ਕੰਮਾਂ ਲਈ ਲੰਘ ਜਾਵੇ ਤੇ ਅਮਰੀਕ ਉਹ ਵੀ ਕਰਮ ਚੰਗੇ ਹੀ ਹੁੰਦੇ ਆ ਜੇ ਚੰਗੇ ਕੰਮਾਂ ਲਈ ਲੰਘ ਜਾਵੇ ਬਹੁਤ ਬਹੁਤ ਧੰਨਵਾਦ ਅਪੀਲ ਹੋ ਸਕਦੀ ਹੈ ਨਹੀਂ ਖਿਡਾਰੀਆਂ ਨੂੰ ਜੋ ਫੈਡਰੇਸ਼ਨ ਦੇ ਬਲਵੀਰ ਬਿੱਟੂ ਜੀ ਅਪੀਲ ਹੋ ਸਕਦੀ ਹੈ ਅਪੀਲ ਹੋ ਸਕਦੀ ਹੈ ਅਪੀਲ ਹੋ ਸਕਦੀ ਹੈ ਸੁਪਰ ਫਾਈਨਲ ਸਕੋਰ ਬੋਰਡ ਤੇ ਦੇਖੀਏ ਤੇ 12-13 ਪਿਆਰ ਦੇ ਨਾਲ ਰੈਫਰੀ ਨੂੰ ਅਪੀਲ ਕਰ ਸਕਦੇ ਹੋ ਤੁਸੀਂ ਰੈਫਰੀ ਨੂੰ ਬੇਨਤੀ ਹੈ ਦੋਨੋਂ ਟੀਮਾਂ ਨੂੰ ਕੈਪਟਨ ਸਾਹਿਬ ਸ਼ਾਇਨ ਬਾਲ ਜਿਨ੍ਹਾਂ ਵੱਲੋਂ ਹਰ ਸਾਲ ਮੋਟਰਸਾਈਕਲ ਸਪੋਂਸਰ ਕੀਤਾ ਜਾਂਦਾ ਹੈ ਤੇ ਸਰਦਾਰ ਜਗੀਰ ਸਿੰਘ ਜੀ ਸੰਧੂ ਦੇ ਪੁੱਤਰ ਗਗਨ ਸੰਧੂ ਜੀ ਉਹ ਵੀ USA ਤੋਂ ਲਾਈਵ ਆਨੰਦ ਮਾਣ ਰਹੇ ਆ ਲਵਪ੍ਰੀਤ ਪੰਨੂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲਵਪ੍ਰੀਤ ਪੰਨੂ USA ਦਾ ਹੋਠੀਆਂ ਵਾਲੇ ਸੋਨੇ ਦਾ ਸ਼ੀਰੇ ਫਰਾਂਸ ਦਾ ਸ਼ੀਰਾ ਉਲਕ ਮੇੜੂ ਤੇ ਨਾਲ ਮੈਨੀ ਉਲਕ ਮੇੜੂ ਉਹਨਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਵੱਡੇ ਯੋਗਦਾਨ ਨੇ ਇਸ ਕਬੱਡੀ ਕੱਪ ਨੂੰ ਕਰਵਾਉਣ ਦੇ ਲਈ ਅਮਰੀਕਾ ਤੋਂ ਕਹਿੰਦੇ ਬਲਜੀਤ ਸਿੰਘ ਜੀ ਸੰਧੂ ਸਾਹਿਬ ਬੌਸ ਪੁੱਜੇ ਹੋਏ ਆ ਮੇਰੇ ਵੀਰੋ ਉਹਨਾਂ ਦਾ ਵੀ ਧੰਨਵਾਦ ਹੈ ਸਨੀ ਸੋਤਾ ਜੀ ਵੈਨਕੂਵਰ ਕਬੱਡੀ ਕਲੱਬ ਮੈਟਰੋ ਕਬੱਡੀ ਕਲੱਬ ਤੋਂ ਕਾਲਾ ਹਾਸ ਤੇ ਮਲਕੀਤ ਦਿਓਲ ਉਹਨਾਂ ਦਾ ਧੰਨਵਾਦ ਤਰਲੋਕ ਮੇਲਾ ਰਾਂਗੜਾ ਵਾਲਾ ਉਹਨਾਂ ਦਾ ਵੀ ਧੰਨਵਾਦ ਹੈ ਮੈਂ ਵੀ ਅਮਰੀਕ ਆਓ ਕਹਿੰਦੇ ਰਸ਼ੀਅਨ ਟੈਂਕ ਫੇਰ ਆ ਗਿਆ ਹੈ ਸਾਹਮਣੇ ਚਾਰ ਕਹਿੰਦੇ ਲੜਾਕੂ ਜਹਾਜ਼ ਆਏ ਹੁਣ ਦੇਖਾਂਗੇ ਕੌਣ ਕਰੂ ਮੁਕਾਬਲਾ ਮੇਰੇ ਮਿੱਤਰੋ ਡਿੱਗ ਲੰਬੀਆਂ ਦੀ ਧਰਤੀ ਸੰਦੀਪ ਲੋਕਰ ਦੀ ਰੇਡ ਪੈ ਰਹੀ ਹੈ ਸੰਦੀਪ ਕਹਿੰਦਾ ਟੈਂਕ ਕਹਿਦਾ ਤੇ ਦੁਨੀਆਂ ਨੂੰ ਹੁਣ ਮੈਂ ਟੈਂਕ ਪੜ ਕੇ ਦਿਖਾਵਾਂਗਾ ਮੈਂ ਵੀ ਹਾਸਾ ਮਾਇਆ ਕਾਰਿਆ ਜੇ ਤੇਰਾ ਭੰਗੜਾ ਪੈ ਜੇ ਕਿਤੇ ਟਰੰਟੋ ਵਾਲਾ ਫਿਰ ਨਜ਼ਾਰਾ ਵੱਖਰਾ ਹੋ ਜਾਣਾ ਆਹ ਮਾਲਾ ਵਾਲੇ ਸੁੱਖੇ ਨੇ ਇਸ ਵੇਲੇ ਕਬੱਡੀ ਪਾ ਦਿੱਤੀ ਹੈ ਮੇਰੇ ਵੀਰੋ ਹੁਣ ਚੌ ਜਾਫੀਆਂ ਵਿੱਚੋਂ ਕਿਹੜਾ ਖਿਡਾਰੀ ਕੋਸ਼ਿਸ਼ ਕਰੇਗਾ
ਆਹ ਵੇਖਣਾ ਵੀ ਸਾਹਮਣੇ ਮੁੰਡੇ ਨੇ ਪਹਿਲੇ ਵੀ ਜੱਫਾ ਲਾ ਕੇ ਬਾਜੀ ਪਾਈ ਹੈ ਪਰ ਰੇਲ ਪ੍ਰੀਤਮ ਭਲਵਾਨ ਦਾ ਪੁੱਤਰ ਆ ਗਿਆ ਮੇਰੇ ਵੀਰੋ ਬਾਪੂ ਨੂੰ ਪਿੰਡ ਵਾਲਿਆਂ ਦੇ ਧੱਕੇ ਨਾਲ ਹੀ ਸਰਪੰਚ ਬਣਾਤਾ ਹੈ ਬਾਪੂ ਮੇਲਿਆਂ ਤੇ ਆਉਣੋਂ ਹਟ ਗਿਆ ਅੱਜ ਹੀ ਹੈ ਤੇਰਾ ਬਹੁਤ ਬਹੁਤ ਧੰਨਵਾਦ ਆਹ ਬੜਿਆਂ ਦਾ ਝਾਫਾ ਜਲਾਲਪੁਰੀ ਅਪਾਲਾ ਪਰ ਸਾਹਮਣੇ ਸੁਲਤਾਨ ਨੰਬਰ ਲੈ ਗਿਆ ਤੇ ਕਬੱਡੀ ਰਮਣ ਮੱਲੀਆਂ ਦੀ ਧਰਤੀ ਦਾ ਪਾਉਣ ਦੇ ਲਈ ਵਾਧਾ ਹੋਇਆ ਉਧਰ ਕਹਿੰਦੇ ਚਾਰ ਨੇ ਟੁੱਕਿਆ ਵਾਲਿਆ ਤੇਰੇ ਫੈਨ ਕਹਿੰਦੇ ਆ ਸਾਡੇ ਵਾਲਾ ਤੇ ਕਰਦਾ ਹੀ ਕੁਝ ਨਹੀਂ ਸਾਡੇ ਵਾਲਾ ਤੇ ਕਰਦਾ ਹੀ ਕੁਝ ਨਹੀਂ ਲਾਓ ਕਹਿੰਦੇ ਰਮਣ ਦੀ ਕਬੱਡੀ ਪੈਰੀ ਤੇ ਦੂਜੇ ਪਾਸੇ ਟੱਗੋ ਵਾਲਾ ਸ਼ਰਨਾ ਹੈ ਖੁਸ਼ੀ ਕੁਝ ਨਾ ਕੁਝ ਕਰਨਾ ਪੈਣਾ ਜੇ ਉਹਦੇ ਵਾਲੀ ਹੋ ਗਈ ਨਾ ਫਿਰ ਹਨੀਪ੍ਰੀਤ ਨੂੰ ਮੱਥੇ ਤੇ ਹੱਥ ਮਾਰੇਗਾ ਲਾਓ ਕਹਿੰਦੇ ਪੈਂਦੀ ਰੇਡ ਤੇ ਨੰਬਰ ਇਹ ਹੈ ਇਸ਼ਾਰਾ ਕੀ ਹੈ ਵੀ ਨੰਬਰ ਇਸ ਵੇਲੇ ਕਮਲ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਓਏ ਆ ਗਿਆ ਓਏ ਆ ਗਿਆ ਕੌਣ ਆ ਗਿਆ ਉਹ ਤੁੱਲਾ ਆ ਗਿਆ ਬੱਗੇ ਪਿੰਡ ਵਾਲਾ ਉਹ ਤੁੱਲਾ ਆ ਗਿਆ ਬੱਗੇ ਪਿੰਡ ਵਾਲਾ ਹੈ ਇਹ ਦੁਨੀਆ ਦਾ ਟੋਪਰ ਹੈ ਮੇਰੇ ਵੀਰੋ ਇਹ ਦੁਨੀਆ ਦਾ ਸੁਪਰ ਡੁਪਰ ਸਟਾਰ ਹੈ ਇਹਦੀ ਦੁਨੀਆ ਚੱਲੀ ਹੈ ਇਹਦੀ ਖੇਡ ਵੱਲੀ ਹੈ ਪਰ ਤੁੱਕਾ ਵਾਲੇ ਦੀ ਵੀ ਕਹਿੰਦੇ ਬੜੀ ਚੜ੍ਹਾਈ ਹੈ ਹੁਣ ਦੁੱਲਾ ਤੇ ਖੁਸ਼ੀ ਦੁੱਲਾ ਤੇ ਖੁਸ਼ੀ ਦੁੱਲਾ ਤੇ ਆਓ ਸਾਹਮਣੇ ਨਜ਼ਾਰੇ ਲੈ ਗਏ ਬਾਕੀ ਤਾਂ ਫੇਸਬੁੱਕ ਤੇ ਦੇਖਦੇ ਰਹਿ ਗਏ ਜਿਹੜੇ ਇੱਥੇ ਆਏ ਪੂਰੇ ਨਜ਼ਾਰੇ ਲੈ ਗਏ ਤੇ ਸਾਹਮਣੇ ਬੰਟੀ ਨੇ ਰੇਡ ਪਾ ਦਿੱਤੀ ਹੈ ਉਧਰ ਕਹਿੰਦੇ ਚਾਰ ਫਾਪੇ ਗਾੜੀ ਛੱਡਾਂ ਵਾਲਾ ਕਰਦਾ ਟਰਾਈ ਤੇ ਨੰਬਰ ਰੇਡਰ ਦਾ ਰਸ਼ੀਅਨ ਟੈਂਕ ਆ ਗਿਆ ਲੋਪੋ ਵਾਲਿਆ ਰਸ਼ੀਅਨ ਟੈਂਕ ਫੇਰ ਆ ਗਿਆ ਟੈਂਕ ਫੇਰ ਆ ਗਿਆ ਰਸ਼ੀਅਨ ਟੈਂਕ ਆ ਗਿਆ ਮੇਰੇ ਵੀਰੋ ਐਨ ਫੌਜ ਨੇ ਚੜ੍ਹਾਈ ਕੀਤੀ ਹੋਈ ਹੈ ਔਰ ਹਾਸਾ ਵਾਲਾ ਕਾਲਾ ਚ ਫੌਜ ਦੇ ਐਸ ਐਸ ਪੀ ਸਾਹਿਬ ਨੂੰ ਵੀ ਲੈ ਕੇ ਆਇਆ ਔਰ ਸਾਹਮਣੇ ਕਬੱਡੀ ਪਾ ਦਿੱਤੀ ਹੈ ਹੁਣ ਵੇਖਦਾ ਵੀ ਇਹ ਰਸ਼ੀਅਨ ਟੈਂਕ ਦੀ ਪਈ ਹੋ ਰੇਡ ਚੌਂ ਜਾਫੀਆਂ ਵਿੱਚੋਂ ਬੜਿਆ ਦਾ ਝਾਫਾ ਵੱਡਾ ਨਾ ਵੱਡੀ ਟੱਕਰ ਆ ਦੁਨੀਆ ਦੀ ਸਿਰੇ ਦੀ ਟੱਕਰ ਆ ਦੁਨੀਆ ਦੀ ਮਹਿੰਗੀ ਟੱਕਰ ਆ ਟੱਕਰ ਆ ਟੱਕਰ ਆ ਟੱਕਰ ਆ ਚੱਕਰ ਕਿਤੇ ਕਿਤੇ ਚੱਲਦਾ ਆ ਟੱਕਰ ਤੇ ਆ ਚੱਕਰ ਕਿਤੇ ਕਿਤੇ ਚੱਲਦਾ ਓ ਨਿਆਰਾ ਖੁਸ਼ੀ ਖੁਸ਼ੀ ਹੋ ਕਬੱਡੀ ਇੱਕਵੰਜਾ ਹਜ਼ਾਰ ਸਕਰੀਨਾਂ ਖੁੱਲੀਆਂ ਹੋਈਆਂ ਪਤਾ ਨੀ ਕਿੰਨੇ ਕ ਦੇਖੀ ਜਾਂਦੇ 365 ਤੇ ਮੇਰੇ ਅਮਰੀਕ 52 ਇੱਕ ਦੇ ਨਾਲ 3 ਤੇ ਪੱਕੇ ਆ ਡੇਢ ਕ ਲੱਖ ਤੇ ਮੰਨ ਹੀ ਲੈ ਜੇ ਝੂਠ ਮਾਰਨਾ ਫੇਰ ਕਹਿੰਦੇ 3 ਲੱਖ ਜੁੜਿਆ ਹੋਇਆ ਆਹ ਸਾਹਮਣੇ ਇਸ ਵੇਲੇ ਗੱਭਰੂ ਨੇ ਕਬੱਡੀ ਪਾ ਦਿੱਤੀ ਹੈ ਆਹ ਸਾਹਮਣੇ ਪਈ ਰੇਡ ਹਰਨੇਕ ਸਰਾਏ ਹਰਮੇਲ ਸਿੰਘ ਜਗਤਾਰ ਸਰਾਏ ਗੁਰਵਿੰਦਰ ਕੈਨੇਡਾ ਤੇ ਗੁਰਭੇਜ ਸਿੰਘ ਉਹਨਾਂ ਦਾ ਧੰਨਵਾਦ 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 ਆਹ ਲਓ ਸਵਾਦ ਧੰਨਵਾਦ ਤੇ ਲਓ ਕਬੱਡੀ ਦਾ ਸਵਾਦ ਲਓ ਕਹਿੰਦੇ ਕਮਲ ਦੀ ਕਬੱਡੀ ਪੈ ਰਹੀ ਹੈ ਸਵਾਦ ਕਬੱਡੀ ਦਾ ਲੰਗਲੰਬੀਆਂ ਦੀ ਧਰਤੀ ਇੱਧਰ ਚਾਰ ਦੇ ਚਾਰੇ ਦੇ ਚਾਰੇ ਤਿਆਰ ਨੇ ਹੁਸ਼ਿਆਰਾ ਪੋਪਰ ਵਾਲਾ ਹੈ ਨਾਲ ਫੁੱਕਾ ਕਹਿੰਦੇ ਮੱਲੀਆਂ ਦੀ ਧਰਤੀ ਦਾ ਲਓ ਸਾਹਮਣੇ ਚੱਕੇ ਜਾਮ ਰਮੀਤੀ ਵਾਲਿਆ ਓਏ ਖਾਲੀ ਪਿਸਤੌਲ ਨਾ ਚੌਣਾ ਮੌੜ ਨੀ ਫੜਿਆ ਜਾਣਾ ਇਹਦਾ ਕੁਝ ਹੋਰ ਕਰਨਾ ਪੈਣਾ ਇਹਦਾ ਕੁਝ ਅਮਰੀਕ ਆ ਤੇ ਕਹਿੰਦੇ ਪਾਲਾ ਮਹਿੰਗਾ ਚੱਕੀ ਫਿਰਦਾ
सारी दुनिया च खड़का सुनता है तुला 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 पक्के पिंड वाला तुला तुला पक्के पिंड वाला तुला 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 पक्के पिंड वाला तुला ओ टुकिया वाले दुगू गल दे कहण गू कटड़ी पैड़ी आ जीप तलाण च कटड़ी पैड़ी आ जीप तलाण च लाओ लुत्र फेर आ गया लुत्र फेर आ गया सरी सोहते दा चहेता मेरे वीरो सरी सोहते दा चहेता खुशी के फैन जी दी पत दुनिया अख पाउंदा किसे तो ना ਕੱਟ ਬੱਲੀਏ ਖੇਡਦਾ ਦਲੇਰੀ ਨਾਲ ਟੁੱਕਾ ਵਾਲਾ ਜੱਟ ਬੱਲੀਏ ਖੇਡਦਾ ਦਲੇਰੀ ਨਾਲ ਦੇਖਿਆ ਮੈਂ ਟੁੱਕਾ ਵਾਲਾ ਜੱਟ ਬੱਲੀਏ ਆ ਸੁਲਤਾਨ ਦੀ ਰੇੜ ਹੈ ਮੇਰੇ ਵੀਰੋ ਸੁਲਤਾਨ ਪਾਲਾ 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 ਪਰ ਸੁਲਤਾਨ ਇਹ ਤੇ ਇੰਜ ਲੱਗਦਾ ਵੀ ਜਿਹੜਾ ਆਹ ਮੈਚ ਚੱਲ ਰਿਹਾ ਨਾ ਜਿਹੜਾ ਆਹ ਦ੍ਰਿਸ਼ ਹੈ ਮੇਰੇ ਵੀਰੋ ਇਹ ਜ਼ਿੰਦਗੀ ਵਿੱਚ ਫੇਰ ਬਣਾਉਣ ਦੇ ਲਈ ਪਤਾ ਨਹੀਂ ਕਿੰਨੇ ਕੁ ਸਾਲ ਲੱਗ ਜਾਣਗੇ ਇਹ ਵੱਡਾ ਤੇ ਵਧੀਆ ਦ੍ਰਿਸ਼ ਹੈ ਆਹ ਸਾਹਮਣੇ ਵੇਖ ਖੋਸਿਆ ਮਾਰਿਆ ਐਨ ਪੈਂਦੀ ਆ ਧੱਕ ਪੈਂਦੀ ਆ ਧੱਕ ਪੈਂਦੀ ਆ ਧੱਕ ਪੈਂਕੇ ਸਿਰਖੇ ਨੂੰ ਪੁੱਛ ਲੈ ਵੀ ਰਹਿ ਤਾਂ ਨਹੀਂ ਕੋਈ ਕਈ ਕੋਈ ਸ਼ੱਕ ਅੱਜ ਨੰਗਰ ਅੰਬੀਆਂ ਦੇ ਵਿੱਚ ਪੈ ਰਹੀ ਹੈ ਤੱਕ 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 ਆਓ ਕਹਿੰਦੇ ਜੋਗਰਾਜ ਵੀ ਲੈ ਗਿਆ ਆਪਣੀ ਗੱਡੀ ਕੱਢ ਕੇ ਫਟਾਫਟ ਇਹ ਜੋਗਰਾਜ ਹੈ ਮੇਰੇ ਵੀਰੋ ਓਏ ਨਜ਼ਾਰਾ ਆ ਰਿਹਾ ਆਇਆ ਦਾ ਬੁੱਲ ਮੁੜ ਗਿਆ ਉਹ ਦਿਲੋਂ ਤਸੱਲੀ ਹੋ ਗਈ ਉਹ ਮੋਗੇ ਵਾਲਿਓ ਝੰਡੇ ਦੇਖ ਲੈ ਲੁੱਪ ਵਾਲੇ ਆਪਣੇ ਮੋਗੇ ਵਾਲਿਆਂ ਦੇ ਝੰਡੇ ਤੇ ਬਾਕੀ ਜਿਹੜੇ ਵਾਲੇ ਆਪਾਂ ਦੋਨਾਂ ਨੂੰ ਘੂਰਦੇ ਆ ਵੀ ਮੋਗਾ ਮੋਗੇ ਹੀ ਕਰੀ ਜਾਂਦੇ ਆ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣਵਾ ਵੀ ਤੇ ਸ਼ਾਹਕੋਟ ਸਾਡੇ ਚੌਵੀ ਉਧਰ ਹੈਪੀ ਪਾਨਾ ਜੀ ਯੂਐਸਏ ਤੋਂ ਵੱਡੇ ਮਾਨ ਨੇ ਬਹੁਤ ਵੱਡਾ ਧੰਨਵਾਦ ਹੈਪੀ ਪਾਨਾ ਅੱਧਾ ਸਮਾਂ ਬੀਤਿਆ ਤੇ ਅੱਧਾ ਸਮਾਂ ਬਾਕੀ ਹੈ ਇੱਕ ਪਾਸਾ ਨੰਗਲੰਬੀਆਂ ਦੇ ਵਿੱਚ ਹੋਊਗਾ ਜ਼ਰੂਰ ਪੈ ਗਈ ਰੇਡ ਅਮਰ ਕਰ ਗਿਆ ਲਮੰਡੇ ਅੱਧਾ ਸਮਾਂ ਬੀਤਿਆ ਤੇ ਅੱਧਾ ਬਾਕੀ ਹੈ ਖੁਸ਼ੀ ਦੇ ਵੀ ਖੋਲ ਖੋਲੀ ਹੁਣ ਜਿਹੜੀ ਤੂੰ ਜੀਪ ਕੱਢਣ ਨੂੰ ਕਹਿੰਦਾ ਸੀ ਉਹਦੀ ਟਾਕੀ ਹੈ ਆਹ ਸਾਹਮਣੇ ਵੇਖ ਰਿਹਾ ਹੈ ਇਸ ਲਈ ਟਿੱਕਰ ਟਿੱਕਰ ਲੈ ਵੀ ਅਮਰੀਕ ਟਾਕੀ ਖੋਲੀ ਕਿ ਨਹੀਂ ਖੋਲੀ ਟਾਕੀ ਖੋਲੀ ਆ ਪਰ ਫੈਸਲੇ ਵਿੱਚ ਬੈਠੇ ਤੋਂ ਹੋਣੇ ਆ ਟਾਕੀਆਂ ਦੇ ਜਵਾਕ ਵੀ ਖੋਲ ਲੈਂਦੇ ਆ ਪਰ ਜਦੋਂ ਕਲੱਚ ਦੇ ਬ੍ਰੇਕ ਰੇਸ ਦੇ ਬ੍ਰੇਕ ਸਟੇਰਿੰਗ ਨੂੰ ਹੱਥ ਪੈ ਗਏ ਫਿਰ ਦੁਨੀਆ ਕਹੂ ਜੀਪ ਕੱਢ ਲਈ ਦਲਾਨ ਚੋਂ ਇੱਧਰ ਕਹਿੰਦੇ ਕਮਲ ਦੀ ਰੇਡ ਤੇ ਚੱਕੇ ਜਾ ਇਹ ਸਿਰਾ ਮੇਰੇ ਵੀਰੋ ਕਿ ਰਾਜੇ ਕੇਲੇ ਅੱਤ ਦਾ ਵੀ ਸਿਰਾ ਹੋ ਗਿਆ ਝੜਕੀ ਸ਼ਰੀਰਾਂ ਵਾਲੀ ਕੰਨ ਮਿੱਤਰੋ ਕਹੋ ਕੌਣ ਆ ਗਿਆ ਉਹ ਤੁੱਲਾ ਆ ਗਿਆ ਮੇਰੇ ਵੀਰੋ ਉਹ ਤੁੱਲਾ ਆ ਗਿਆ ਜਿਹੜਾ ਇੱਕ ਮੈਚ 26 ਵੀ ਪਾਉਂਦਾ ਜਿਹੜਾ ਪੁਆਇੰਟ ਲੈ ਕੇ ਸੱਪ ਵੀ ਬਣਾਉਂਦਾ ਉਹ ਪੱਕੇ ਪਿੰਡ ਵਾਲਾ ਤੁੱਲਾ ਆ ਗਿਆ ਉਹ ਪੱਕੇ ਪਿੰਡ ਵਾਲਾ ਤੁੱਲਾ ਆ ਗਿਆ ਉਹ ਪੱਕੇ ਪਿੰਡ ਵਾਲੇ ਤੁੱਲੇ ਨੂੰ ਕਹਿੰਦੇ ਫੂਲੇ ਨੇ ਜੱਫਾ ਲਾ ਦਿੱਤਾ ਫੂਲੇ ਨੇ ਜੱਫਾ ਲਾ ਦਿੱਤਾ ਰਸ਼ੀਅਨ ਟੈਂਕ ਚੱਲਿਆ ਅਮਰੀਕ ਚੈੱਕ ਕਰਕੇ ਕਿੰਨੀ ਕੁ ਜਾ ਰਿਹਾ ਮੁੰਡੇ ਚ ਲਾ ਰਸ਼ੀਅਨ ਟੈਂਕ ਨੇ ਲਾਓ ਸਾਹਮਣੇ ਕਹਿੰਦੇ ਰਸ਼ੀਅਨ ਟੈਂਕ ਰੇਡ ਪਾ ਰਿਹਾ ਹੈ ਗੁਰਵਿੰਦਰ ਖੈਰੇ ਹੁਣਾਂ ਦੇ ਯੋਗਦਾਨ ਨੇ ਹਰਮੇਲ ਸੇਖੋਂ ਜੀ ਟਰਾਂਟੋ ਤੋਂ ਵੱਡੇ ਯੋਗਦਾਨ ਹੈ ਸੰਦੀਪ ਨਾਲ ਪਿਆਰ ਹੈ ਲਾਓ ਸਾਹਮਣੇ ਪੈਂਦੀ ਰੇਡ ਕਹਿੰਦੇ ਰਸ਼ੀਅਨ ਟੈਂਕ ਤੇ ਜਲਾਲ ਭੁਰੀਆ ਬਲਵੀਰ ਸਿੰਘ ਪਾਲਾ ਤੇ ਬ੍ਰੈਂਡਡ ਖਿਡਾਰੀ ਹੈ
ब्रांडेड खिलाड़ी है। अगली रेड कहते कोलिया वाली पिंड के सरपंचा का मुंडा है काला हांस हरजीत सिंह जी हांस शीरा औलक एस एस पी अमरजीत सिंह जी ते सोना उठिया 5000 इन्हां वल्लों हैरी पुल्लर पम्मा मालूपुरिया सुखी हजारा लखा ते सत्ता डाली 5000 इन्हां वल्लों शाहकोट दा इक जफा 10000 दा रेड सुल्तान दी ते गल अमरीक दी लाओ सुल्तान कहते कबड्डी पा रहा है इधर कहते पाला पाला करदा ट्राई पर सुल्तान ते सुल्तान है सुल्तान ते सुल्तान है उधर कैबा नाल दियानू भी सवाल अज मुछदा बनिया सवाल अज अणखा दा बनिया ती अणखा डाउनलोड नहीं हुंदिया अणखा खून ची हुंदिया अणखा डाउनलोड नहीं हुंदिया ए ए हां टक्कर सिरे दी है शरना ते बाला वाला आ सुखा बाला वाला ए नजारा बजा होया लुदर फिर कबड्डी पाउण दे लई तैयार है मेरे वीरे लुदर फिर कबड्डी पाउण दे लई तैयार है एदे मिठड़े आ बोल ए चारे पासेओ गोल ना करदा कमान मित्रो बघेल सिंह दे पुत्र विच रशियन टैंक जिन्नी जान मित्रो रशियन टैंक जिन्नी है जान मित्रो आओ वेखना भी रशियन टैंक ते हमला हो गया रशियन टैंक ते हमला हो गया पर इन्हें टायर है नी चेन नहीं पाई है ये गल बना मेरे वीरो लुदर दिड़बे वाला है ए माला लुदा तगड़ा नंबर जोड़ता है भी बड़ी लाओ रमन भी रेड पै रही है उधर कहते चेना पाइया टायर टू रहनी पर जे कि निशाना बिंद के लग गया ना लोपो वाले भाजड़ 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 पैजू इधर देखो लगता जो उधर है हैरी भुल्लर पम्मा मालूपुर सुखी हजारा नाल लखा हजारा ते सत्ता टाली काला हांस नाल कहते हरजीत हांस शीरा औलक मेहरू सोना होठिया ते एसएसपी साहब अमरजीत सिंह ने वालों लुदर ली 10000 10000 सुल्तान दे ली ते 10000 कहते खुशी तिड़बे वाले दे ली पुजे मेरे वीरो 10000 पुजे ते रेड पौण कौन आ गया और रेड पौण कौन आ गया बगे पिंड वाला दुल्ला आ गया बगे पिंड वाला ओ दुल्ला आ गया ओ बगे पिंड वाला दुल्ला आ गया तुका मारे ना पंगा पै गया ओ तुका मारे ना पंगा पै गया दुल्ला दुल्ला ते खुशी नजारा आ रहा नजारा आ रहा ते नजारा जा रहा नजारा आ रहा ते नजारा जा रहा है नंगलपिया दा कबड्डी कप है जिथे कल कहते पिंके ने भुगला भी फड़िया पिंके ने कहते भुगला बठिंडे वाला भी फड़िया है हुण देखना भी अमरीक कल भुगला फड़िया ते अज बंटी मैनू लगदा भी फरीद कोटिया जफा ला गया फरीद कोटिया जफा ला गया शरणा बल्ले बल्ले करवा गया ते रेड पौण और रशियन टैंक आ गया रशियन टैंक आ गया रशियन टैंक आ गया ए नौजवान संदीप लुदर कबड्डी पा रहा है के एक क्वांटर 35 किलो भार दा तकड़ा खिलाड़ी खतरनाक जाफी है इधर कहते सुखे की रेड़ पै रही है आओ सामने फूला ते फूल सिरा लग्या पिया नजारा बजा पिया आओ सामने कबड्डी कहते सुल्तान ने पा दी है सुल्तान ने पा दी है कबड्डी सुल्तान पा रहा सामने
ਭੁੱਗੇ ਨੇ ਟਰਾਈ ਕੀਤੀ ਹੈ। ਉਧਰ ਕਹਿੰਦੇ ਰੇਡ ਜਿਹੜੀ ਉਹ ਪੈਰੀ ਦੇ ਸਾਹਮਣੇ ਚਾਰ ਗਿਆਸੀ ਸ਼ਾਹਕੋਟ ਦੀ ਧਰਤੀ ਸ਼ਾਹਕੋਟ ਦੇ ਸ਼ੇਰ ਨੇ ਲਾ ਕਹਿੰਦੇ ਰਿਕਾਰਡ 365 ਦੇ ਇੱਕ ਹੋਰ ਬਣ ਗਿਆ। ਹੁਣ ਕਹਿੰਦੇ 65,000 ਦਰਸ਼ਕ ਦੇਖ ਰਹੇ ਆ, 65,000 ਦਰਸ਼ਕ ਦੇਖ ਰਿਹਾ, 65,000 ਦਰਸ਼ਕ ਦੇਖ ਰਿਹਾ ਤੇ ਸਾਹਮਣੇ ਕੈਂਚੀ ਭੱਜ ਗਈ ਹੈ। ਆਹ ਵੇਖਣਾ ਵੀ ਇਸ ਲਈ ਸਿਰੇ ਦਾ ਜਾਫੀ ਹੈ ਮੇਰੇ ਵੀਰੇ, ਐਨ ਮੁੰਡਾ ਪੱਲੇ ਪੱਲੇ ਕਰਵਾ ਰਿਹਾ ਸ਼ਾਹਕੋਟ ਦੀ ਟੀਮ ਦੇ ਲਈ। ਇਸ ਤੋਂ ਪਹਿਲਾਂ 48,000 ਦਰਸ਼ਕਾਂ ਨੇ ਦੇਖਿਆ ਸੀਗਾ ਪਰ ਅੱਜ 65,000। ਇਹ ਕੌਣ ਹੈ ਕਿ ਸੁਰਖੀਆਂ ਵਿੱਚ ਰਹਿੰਦਾ ਜਫਾ ਚੱਕੇ ਚਿੱਟੀ ਦਾ, ਜਾਨ ਕੋਟਲੀ ਖਰਾ ਖੇਡਦਾ, ਗਰਾਊਂਡ ਹੋਵੇ ਭਾਵੇਂ ਘਾਹ ਜਾਂ ਮਿੱਟੀ ਦਾ, ਯਾਦ ਕੋਟਲੀ ਖਰਾ ਖੇਡਦਾ, ਗਰਾਊਂਡ ਹੋਵੇ ਭਾਵੇਂ ਘਾਹ ਜਾਂ ਮਿੱਟੀ ਦਾ। ਦਲਵੀਰ ਕਬੱਡੀ ਪਾ ਰਿਹਾ ਪਾਲੇ ਨਾਲਦਿਆਂ ਨੂੰ ਕਹਿੰਦੇ ਓਏ ਪਾਣੀ ਸਿਰ ਤੋਂ ਲੰਘਦਾ ਲੱਗਦਾ, ਪਾਣੀ ਸਿਰ ਤੋਂ ਲੰਘਦਾ ਲੱਗਦਾ। ਮੁੰਡੇ ਮੁੜ ਮੁੜ ਬੇਬੇ ਸਕੋਰ ਬੋਰਡ ਤੇ ਵੀ ਕਿੰਨੇ ਸਰਹਾਲੇ ਦੇ ਤੇ ਕਿੰਨੇ ਸ਼ਾਹਕੋਟ ਦੇ, ਲੋਕਾਂ ਦੇ ਧੌਣ ਚ ਬਲ ਪੈਣ ਵਾਲਾ ਹੋ ਗਿਆ ਵੀ ਸ਼ਾਹਕੋਟ ਅੱਗੇ ਤੁਰੀ ਜਾਂਦੀ ਹੈ। ਪਰ ਮੈਨੂੰ ਲੱਗਦਾ ਅੱਜ ਸੱਪ ਬਣਦੇ ਆ, ਅੱਜ ਸੱਪ ਬਣਦੇ ਆ। ਦੁੱਗਿਆਂ ਵਾਲਿਆਂ ਕੁਝ ਕਰਨਾ ਪੈਣਾ ਸਾਹਮਣੇ ਬਾਂਟੀ ਦੀ ਰੇਡ ਤੇ। ਅਮਰੀਕ ਕਹਿੰਦਾ ਵੀ ਅੱਜ ਸੱਪ ਬਣਦੇ ਆ, ਅੱਜ ਸੱਪ ਬਣਦੇ ਆ। ਪੈਂਕੇ ਸੇਖੋਂ ਤੋਂ ਸੰਦੀਪ ਤੋਂ ਪੁੱਛ ਕੇ ਦੇਖ ਅਮਰੀਕ ਕਿੱਦਾਂ ਇਹ ਪੰਜਾਬ ਦੇ ਸੁਪਰ ਕੱਪ ਬਣਦੇ ਆ, ਕਿੱਦਾਂ ਸੁਪਰ ਪੰਜਾਬ ਦੇ ਸੁਪਰ ਕੱਪ ਬਣਦੇ ਆ। ਪੈਂਕੇ ਸੇਖੋਂ ਤੇ ਸੰਦੀਪ ਤੋਂ ਪੁੱਛ ਕੇ ਦੇਖ ਅਮਰੀਕ ਕਿੱਦਾਂ ਇਹ ਪੰਜਾਬ ਦੇ ਸੁਪਰ ਕੱਪ ਬਣਦੇ ਆ। ਇਹ ਆ ਸੁਪਰ ਕੱਪ ਮੇਰੇ ਵੀਰੋ ਪੰਜਾਬ ਦਾ। ਇਸ ਲਈ ਅਗਲੇ ਸਾਲ ਬਾਜਵਾ ਵਾਲੇ ਨਰਪਾਲ ਨੂੰ ਬੁਲਟ ਦਿੱਤਾ ਜਾਵੇਗਾ। ਮੁੰਡਾ ਗਵਾਂਢ ਪਿੰਡ ਦਾ, ਉਹ ਮੁੰਡਾ ਪੱਕੇ ਪਿੰਡੋਂ ਆਇਆ, ਮੁੰਡਾ ਇੱਥੇ ਹੀ ਖੇਡਦਾ ਰਿਹਾ, ਮੁੰਡਾ ਇਸੇ ਹੀ ਗਰਾਊਂਡ 'ਚ ਖੇਡਦਾ ਰਿਹਾ। ਦੁੱਲੇ ਦੀ ਹੋਮ ਗਰਾਊਂਡ ਹੈ। ਪਰ ਆ ਜੋਗਰਾਜ ਦਾ ਵੀ ਧੰਨਵਾਦ ਹੈ, ਗੁਜਰਾਤ ਤੋਂ ਸਿਸਟਮ ਲੈ ਕੇ ਆਉਂਦਾ ਹੈ। ਧੰਨਵਾਦ ਹੈ ਕਹਿੰਦੇ ਸੰਦੀਪ ਦਾ, ਧੰਨਵਾਦ ਹੈ ਪੈਂਕੇ ਬਾਈ ਦਾ, ਉਹ ਵੀ ਕਬੱਡੀ ਦੇ ਸ਼ੁਦਾਈ ਹੈ। ਲੋਪੋ ਵਾਲਾ ਜਦੋਂ ਮੈਂ ਯੂਰਪ ਹੁੰਦਾ ਸੀ ਨਾ, ਰਾਤ ਨੂੰ 2:30 ਵਜੇ ਪੈਂਕੇ ਦੇ ਉੱਪਰ ਉਤਰ ਕੇ ਥੱਲੇ ਆ ਜਾਣਾ, ਕਹਿਣਾ ਅਮਰੀਕ ਸੰਦੀਪ ਨੂੰ ਫੋਨ ਲਾਈਏ, ਨੰਬਰ ਡਾਇਲ ਕਰ ਲੈਣਾ, ਫਿਰ ਕਹਿਣਾ ਯਾਰ ਕਿਤੇ ਸੰਦੀਪ ਸੁੱਤਾ ਨਾ ਪਿਆ ਹੋਵੇ, ਇੰਨਾ ਪੈਂਕਾ ਕਮਲਾ ਕੀਤਾ ਕਬੱਡੀ ਨੇ, ਇੰਨਾ ਸੰਦੀਪ ਕਮਲਾ ਕੀਤਾ ਕਬੱਡੀ ਨੇ। ਇਹ ਮੇਲੇ ਐਵੇਂ ਨਹੀਂ ਹੁੰਦੇ, ਮੇਲੇ ਐਵੇਂ ਨਹੀਂ ਹੁੰਦੇ। ਉਧਰ ਇੱਕ ਪਾਸੇ ਟੀਮ ਸਰਹਾਲਾ ਰਣੂਆ, ਸਰਦਾਰ ਸੇਵਾ ਸਿੰਘ ਰਾਣਾ, ਬਲਵੀਰ ਪੀਰੀ ਉਹਨਾਂ ਦੀ ਐਮਐਲਏ ਰਾਣਾ, ਗੁਰਜੀਤ ਸਿੰਘ ਉਹਨਾਂ ਦੀ ਸਰਪ੍ਰਸਤੀ ਹੈ, ਕਮਲਜੀਤ ਜੰਡ ਕੁਹਾਰਾ ਤੇ ਨਾਲ ਕਹਿੰਦੇ ਗਾਂਧਰਾ ਵਾਲਾ ਪੰਮਾ ਆਪਣੀ ਟੀਮ ਨੂੰ ਲੈ ਕੇ ਪੁੱਜੇ ਹੋਏ ਹੈ। ਔਰ ਦੂਸਰੇ ਪਾਸੇ ਕਹਿੰਦੇ ਇੰਦਰਪਾਲ ਹੈ ਪੰਜਵਾਂ ਵਾਲਾ, ਜਿਹਨੂੰ ਅਗਲੇ ਸਾਲ ਬਲਜੀਤ ਸੰਧੂ ਤੇ ਢਿਡਵਾਲ ਸਾਹਿਬ ਵੱਲੋਂ ਬੁਲਟ ਮੋਟਰਸਾਈਕਲ ਦਿੱਤਾ ਜਾਣਾ ਤੇ ਗੁਰਮੇਲ ਮੇਲੋ ਹੈ ਜਲਾਲਪੁਰੀ ਪਾਲੇ ਦਾ ਉਸਤਾਦ। ਔਰ ਰੇਡ ਕਹਿੰਦੇ ਤਿੜਵੇ ਬਾਰੇ ਲੁੱਤਰ ਦੀ, ਲੈ ਵੀ ਅਮਰੀਕ ਔਰ ਲੁੱਤਰ ਰਸ਼ੀਅਨ ਟੈਂਕ ਨੰਬਰ ਲੈ ਗਿਆ, ਰਸ਼ੀਅਨ ਟੈਂਕ ਨੰਬਰ ਲੈ ਗਿਆ, ਰਸ਼ੀਅਨ ਟੈਂਕ ਨੰਬਰ ਲੈ ਗਿਆ, ਰਸ਼ੀਅਨ ਟੈਂਕ ਨੰਬਰ ਲੈ ਗਿਆ। ਲਾਓ ਕਹਿੰਦੇ ਸੁੱਖੇ ਦੀ ਕਬੱਡੀ ਪੈ ਰਹੀ ਹੈ, ਸੁੱਖਾ ਰੇਡ ਪਾ ਰਿਹਾ ਹੈ। ਉਧਰ ਕਹਿੰਦੇ ਚਾਰ ਦੇ ਚਾਰੇ ਦੇ ਚਾਰੇ ਤਿਆਰ ਨੇ ਮੇਰੇ ਮਿੱਤਰੋ, ਪੱਟਾਂ ਦੇ ਥਾਪੀਆਂ ਵੱਜ ਰਹੀਆਂ ਹੈ। ਲਾਓ ਸਾਹਮਣੇ ਲੱਖਾ ਤੇ ਸੁੱਖਾ ਹੈ, ਸੁਲਤਾਨ ਦੀ ਰੇਡ ਅਮਰ ਕਰ ਗਿਆ ਮੁੰਡੇ ਦੀ। ਲਾਓ ਸੁਲਤਾਨ ਕਬੱਡੀ ਪਾ ਰਿਹਾ ਹੈ, ਟੈਂਕਾ ਸੇਖੋ ਜੀ ਕਹਿੰਦੇ ਵੀ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦਾ, ਸਰਦਾਰ ਸੁਰਜਣ ਸਿੰਘ ਜੀ ਚੱਠਾ ਸਾਹਿਬ ਦਾ ਸਪੈਸ਼ਲ ਤੌਰ ਤੇ ਧੰਨਵਾਦ ਕਰਦੇ, ਜਿਨ੍ਹਾਂ ਦਾ ਵੱਡਾ ਸਹਿਯੋਗ ਹੈ, ਸਰਦਾਰ ਸੁਰਜਣ ਸਿੰਘ ਜੀ ਚੱਠਾ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਕਬੱਡੀ ਲੇਖੇ ਲਾਈ ਹੈ, ਚੱਠਾ ਸਾਹਿਬ ਦਾ, ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦਾ ਵਿਸ਼ੇਸ਼ ਤੌਰ ਤੇ ਪੈਂਕੇ ਸੇਖੋ ਜੀ ਵੱਲੋਂ ਧੰਨਵਾਦ ਹੈ। ਆਹ ਕਬੱਡੀ ਇਸ ਵੇਲੇ ਬੰਟੀ ਪਾ ਰਿਹਾ, ਕਬੱਡੀ ਪਾ ਰਿਹਾ,
ਬੰਟੀ ਪਾ ਰਿਹਾ ਹੈ। ਉਧਰ ਸ਼ਾਹਕੋਟ ਦੀ ਟੀਮ ਹੈ, ਸਾਹਮਣੇ ਚਾਰ ਜਾਫੀ ਇੱਕ ਨੇ ਟਰਾਈ ਕੀਤੀ, ਲੱਗਦਾ ਜੋਰ ਪੱਲੇ 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 ਕਮਲ ਵੇਖੋ ਸਾਹਮਣੇ, ਨਵੇਂ ਪਿੰਡੀ ਹੈ ਕਮਲ ਹੈ, ਐਨ ਸਿਰੇ ਦਾ ਖਿਡਾਰੀ ਹੈ ਤੇ ਮੁੰਡਾ ਸਿਰੇ ਦਾ ਸ਼ਿਕਾਰੀ, ਐਨ ਗੱਲ ਕਰਦਾ ਕਰਾਰੀ, ਜਿਹਦੀ ਕੌਡੀ ਚ ਸਰਦਾਰੀ, ਜਿਹਦੇ ਵਿੱਚ ਹੈ ਸ਼ਿਆਰੀ, ਜਿਹਦੀ ਨਾਲ ਪਾਲੇ ਯਾਰੀ, ਉਹ ਪਾਉਂਦਾ ਕਹਿੰਦੇ ਕਰੇੜੇ ਕਰਾਰੀ। ਇਹ ਪੱਗੇ ਪਿੰਡ ਵਾਲਾ ਦੁੱਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ। ਲੈ ਵੀ ਤੁੱਕਾ ਮਾਰਿਆ, ਉਹ ਟੱਕਰ, ਉਹ ਟੱਕਰ ਦੁਨੀਆ ਦੇਖਣਾ ਚਾਹੁੰਦੀ ਹੈ, ਦੁਨੀਆ ਉੱਠ ਕੇ ਖੜ ਗਈ ਹੈ। ਕਰਾਰੀ 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 ਖੁਸ਼ੀ ਤੇ ਦੁੱਲੇ ਦੀ ਸਾਹਮਣੇ। ਇਸਲੇ ਮਾਲਾ ਵਾਲਾ ਕਬੱਡੀ ਪਾ ਰਿਹਾ, ਮਾਲਾ ਵਾਲਾ ਕਬੱਡੀ ਪਾ ਰਿਹਾ ਮੇਰੇ ਵੀਰੋ, ਸੁੱਖਾ ਮਾਲਾ ਵਾਲਾ ਡਗੁਰ ਮਾਰੇ ਵਾਲਾ ਸ਼ਰਨਾ ਫਰੀਦ ਕੋਟੀਆ। ਆਹ ਵੇਖਣਾ ਵੀ ਇਸਲੇ, ਆਹ ਇਸਲੇ ਆ ਵੇਖਣਾ ਵੀ ਟੱਕਰ 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 ਚੱਕ ਕੇ ਲੈ ਜੂ, ਚੱਕ ਕੇ ਲੈ ਜੂ ਪਰ ਨੰਬਰ। ਆਓ ਮੁੰਡਾ ਤਕੜਾ ਹੈ, ਤਕੜਾ ਨੀ ਬਾਲਾ ਤਕੜਾ ਹੈ। ਅੰਦਰ ਨਾ ਕੋਈ ਆਵੇ ਬੇਨਤੀ ਹੈ, ਇੱਕ ਪੇਕਾ ਭਾਜੀ ਤੇ ਸੰਦੀਪ ਭਾਜੀ ਕਹਿ ਰਿਹਾ ਪਟਾਕੇ ਚੱਲਣੇ, ਪਟਾਕੇ ਵੀ ਨਾਲ ਸੁਦੀਪ ਭਾਜੀ ਦੇ ਪੇਕਾ ਭਾਜੀ ਕਹਿ ਰਿਹਾ ਏ ਵੀ ਜਦੋਂ ਮੈਚ ਸਮਾਪਤ ਹੋਇਆ ਦਰਸ਼ਕ ਹੌਲੀ ਹੌਲੀ ਰਸ਼ੀਅਨ ਟੈਂਕ ਤੇ ਹਮਲੇ ਹੋ ਰਹੇ ਹੈ, ਰਸ਼ੀਅਨ ਟੈਂਕ ਤੇ ਹਮਲੇ ਹੋ ਰਹੇ ਹੋ ਰਹੇ ਹੋ ਰਹੇ ਹੋ। ਲੋਕੀ ਖੁਸ਼ ਹੋ ਰਹੇ ਹੈ ਕਿ ਨਹੀਂ ਹੋ ਰਹੇ, ਲੋਕੀ ਖੁਸ਼ ਹੋ ਰਹੇ ਹੈ, ਰਸ਼ੀਅਨ ਟੈਂਕ ਤੇ ਹਮਲੇ ਹੋ ਰਹੇ ਹੋ ਰਹੇ। ਆਹ ਵੇਖ ਸਾਹਮਣੇ ਅਮਰੀਕ, ਆਹ ਵੇਖ ਮੁੰਡਾ, ਇਸ ਲਈ ਮੱਲੀਆਂ ਵਾਲਾ ਅੰਗਰੇਜ਼ ਫੌਜੀ ਸਭ ਤੋਂ ਵੱਧ ਟੈਨਸ਼ਨ ਜਿਹੜੀ ਜਿਹੜੀ ਸਾਡੇ ਫੌਜੀ ਤੇ ਆਉਂਦੀ ਹੈ, ਅੰਗਰੇਜ਼ ਫੌਜੀ ਦਾ ਧੰਨਵਾਦ ਹੈ। ਅੱਜ ਮੇਰੇ ਫੌਜੀ ਨੇ ਵੀ ਉਹ ਬੂਥਾ ਜਿਹਾ ਕਰਕੇ ਦਿਖਾਇਆ ਕਿ ਨਾ ਸਵਾਦ ਆ ਰਿਹਾ ਹੈ, ਐਨ ਫੌਜੀ ਵੀ ਸਾਡਾ ਖੁਸ਼ ਹੈ ਵੀ ਸਾਡਾ ਫੌਜੀ ਦੇ ਫਿਕਰਾਂ ਨਹੀਂ ਖਾ ਲਿਆ, ਅੱਜ ਸਾਡਾ ਫੌਜੀ ਵੀ ਖੁਸ਼ ਹੈ। ਲਓ ਸਾਹਮਣੇ ਫੌਜ ਦੇ ਕਹਿੰਦੇ ਐਸ ਐਸ ਪੀ ਸਾਹਿਬ ਵੀ ਆਏ ਹੋਏ ਹੈ, ਆਹ ਸਾਹਮਣੇ ਪਾਰਟੀ ਦੀ ਰੇਡ ਕੇ ਪੱਗੀ ਤਿੱਤਰੀ ਕਮਾਦੋ ਨਿਕਲੀ ਤੇ ਉੱਡਦੀ ਨੂੰ ਬਾਜ ਪੈ ਗਿਆ, ਪਰ ਨੰਬਰ ਤੇ ਕਹਿੰਦੇ ਇਸ ਵੇਲੇ ਬੰਟੀ ਲੈ ਗਿਆ, ਨੰਬਰ ਤੇ ਇਸ ਵੇਲੇ ਬੰਟੀ ਲੈ ਗਿਆ। ਕਬੱਡੀ ਸੁਲਤਾਨ ਦੀ, ਕਬੱਡੀ ਸੁਲਤਾਨ ਦੀ, ਕਬੱਡੀ ਸੁਲਤਾਨ ਦੀ। ਇੱਕ ਦਰਸ਼ਕਾਂ ਨੂੰ ਮੇਰੀ ਫਿਰ ਬੇਨਤੀ ਆਏ ਵੀ ਪਹਿਲਾਂ ਟਰਾਲੀਆਂ ਵਾਲੇ ਹੌਲੀ ਹੌਲੀ ਉਤਰ ਕੇ ਜਾਇਓ, ਕੁਰਸੀਆਂ ਵਾਲੇ ਬਾਅਦ ਦੇ ਵਿੱਚ ਜਾਇਓ ਕਿਉਂਕਿ ਰਸ਼ ਜ਼ਿਆਦਾ ਆਏ, ਰੱਬ ਨਾ ਕਰੇ ਕੋਈ ਕਿਸੇ ਦੇ ਉੱਨੀ ਇੱਕੀ ਜਾਂ ਸੱਟ ਨਾ ਲੱਗੇ। ਮੇਰੀ ਬੇਨਤੀ ਹੈ ਪਿਆਰ ਨਾਲ ਸੇਫਲੀ ਹੌਲੀ ਹੌਲੀ ਸਾਰਿਆਂ ਨੇ ਘਰਾਂ ਨੂੰ ਜਾਣਾ ਹੈ, ਇਹ ਮੇਰੀ ਹੱਥ ਬੰਨ ਕੇ ਬੇਨਤੀ ਹੈ। ਬਹੁਤ ਖੁਸ਼ੀ ਹੈ ਮੇਰੇ ਵੀਰੋ, ਇਸ਼ਾਰਾ ਕੀ ਹੈ ਵੀ ਨੰਬਰ ਧਾਵੀ ਦਾ, ਕੱਲ ਨੂੰ ਕੋਟਲਾ ਮੇਹਰ ਸਿੰਘ ਵਾਲੇ ਦੇ ਵਿੱਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਮੁਕਾਬਲੇ ਹੋਣਗੇ, ਔਰ 3 ਮਾਰਚ ਨੂੰ ਭਿੰਦਾ ਲਿੱਤਰਾਂ ਵਾਲਾ ਕਹਿੰਦਾ ਵੀ ਲਿੱਤਰਾਂ ਦੇ ਵਿੱਚ ਮੇਲਾ ਹੋਵੇਗਾ ਤੇ ਕਬੱਡੀ ਇਸ ਵੇਲੇ ਕਮਲ ਪਾ ਰਿਹਾ, ਅਮਰੀਕ ਗੱਲ ਕਰੇਗਾ। ਉਹ ਕਮਲ ਦੀ ਰੇਡ ਤੇ ਕਹਿੰਦੇ ਪਾਲਾ 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 ਹੁਸ਼ਿਆਰਾ ਬੋਪਰੀਆ 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 ਬੋਪਰੀਆ, ਇਹਨੂੰ ਹੁਸ਼ਿਆਰਾ ਕਹਿੰਦੇ ਹੈ, ਜੱਫਾ ਲਾ ਗਿਆ ਹੁਸ਼ਿਆਰਾ, ਬੱਜ ਗਿਆ ਦੰਗਲ ਪੀਆ ਲਲਕਾਰਾ, ਆ ਗਿਆ ਲੋਕਾਂ ਨੂੰ ਨਜ਼ਾਰਾ, ਆ ਗਿਆ ਲੋਕਾਂ ਨੂੰ ਨਜ਼ਾਰਾ। ਔਰ 24 ਤਰੀਕ ਢੰਡਿਆਂ ਦੇ ਕੱਪ ਲਈ ਵੀ ਸੱਦੇ ਤੇ ਆ ਗਿਆ, ਓਏ 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 ਸੱਪ ਬਣਾ ਗਿਆ, ਓਏ ਆ ਗਿਆ, ਓਏ ਸੱਪ ਬਣਾ ਗਿਆ,
ਸੱਚੀ ਆ ਗਿਆ ਤੇ ਸੰਗਲ ਪਿਆ ਵਾਲਾ ਪਿੰਡ ਮੇਲਾ ਕਰਾ ਕੇ ਟੱਕ ਪਾ ਗਿਆ ਉਧਰ ਪਿਆਰੇ ਦੀ ਸਾਉਣ ਪੈਂਦੀ ਆ ਧੱਕ ਮਿੱਤਰੋ ਪੈਂਦੀ ਆ ਧੱਕ ਮਿੱਤਰੋ ਅੱਜ ਕਰ ਦਿੱਤੀ ਆ ਨੰਗੇ ਲੰਬੀਆਂ ਮਾਰਿਆਂ ਨੇ ਦੂਰ ਸਾਰਿਆਂ ਦੀ ਸ਼ੱਕ ਮਿੱਤਰੋ ਐਨ ਕਹਿੰਦੇ ਕਬੱਡੀ ਵਾਲਾ ਸਿਰਾ ਹੋ ਗਿਆ ਕਬੱਡੀ ਵਾਲਾ ਸਿਰਾ ਹੋ ਗਿਆ ਕਬੱਡੀ ਵਾਲਾ ਸਿਰਾ ਹੋ ਗਿਆ ਆ ਸਾਹਮਣੇ ਪਈ ਰੇੜ ਵੰਡਰਫੁੱਲ ਪੀਜ਼ਾ ਸ਼ਾਹਕੋਟ ਵਾਲਾ ਵਾ ਧੰਨਵਾਦ ਹੈ ਆ ਸਾਹਮਣੇ ਰੇੜ ਪੈ ਰਹੀ ਹੈ ਚੌਂ ਜਾਫੀਆਂ ਵਿੱਚੋਂ ਵੇਖਣਾ ਜਲਾਲਪੁਰੀ ਹੈ ਇਹ ਕਹਿੰਦੇ ਕਬੱਡੀ ਦੇ ਹੀਰਿਆਂ ਚੋਂ ਹੀਰਾ ਕਹਿਨੂਰ ਹੈ ਖੇਡ ਦੀ ਚੜ੍ਹਦੀ ਪੱਖਰਾ ਸਰੂਰ ਹੈ ਪੱਖਰਾ ਸਰੂਰ ਹੈ ਪੱਖਰਾ ਸਰੂਰ ਹੈ ਕਰਕੇ ਮਿਹਨਤ ਇਹਨੇ ਬਣਾਈ ਪੱਖਰੀ ਦੀ ਲੁੱਕ ਉਹ ਜਲਾਲਪੁਰੀ ਜੱਟ ਦੀ ਤਾਂ ਕੌਡੀ ਚ ਟਰਾਈ ਪਰ ਕਹਿੰਦੇ ਬਾਡੀ ਭੱਜ ਗਿਆ ਮੁੰਡਾ ਸਰਪੰਚਾਂ ਦਾ ਮੁੰਡਾ ਪ੍ਰੀਤਮ ਭਲਵਾਨ ਦਾ ਕਬੱਡੀ ਪਾ ਰਿਹਾ ਕਿ ਪਹਿਲੇ ਦੂਰ ਪਿਛੋਰਾਂ ਦੇ ਲਲਕਾਰਾ ਬਣਾ ਦੇ ਜੇ ਨਜ਼ਾਰਾ ਲਿਆਵੇ ਤੇ ਗੱਲ ਸੋਨੇ ਤੇ ਸੁਹਾਗੇ ਵਾਲੀ ਹੋਜੂ ਆਹ ਸਾਹਮਣੇ ਫੁੱਲਾ ਫੁੱਲਾ ਪਰ 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 ਨੰਬਰ ਰੇਡਰ ਦਾ ਹੁਣ ਟੈਂਕ ਪੂਰਾ ਚੈੱਕ ਕੀਤਾ ਟੈਂਕ ਨੇ ਕਹਿੰਦੇ ਪੂਰੀ ਤਿਆਰੀ ਕਰ ਲਈ ਹੈ ਹੁਣ ਟੈਂਕ ਚੱਲਿਆ ਅਮਰੀਕ ਕਰ ਗੱਲ ਕਹਿੰਦੇ ਟੈਂਕ ਚੱਲਿਆ ਪਾਲਿਆ ਚੈਨਾ ਚੂਨਾ ਖਿਚੜੀਆਂ ਪੈਣੀਆਂ ਖਿਚੜੀਆਂ ਪੈਣੀਆਂ ਲਓ ਹੁਸ਼ਿਆਰਾ ਤੇ ਕਹਿੰਦੇ ਹੋਰ ਆਪਾਂ ਟੈਂਕ ਨਾਲ ਹੀ ਲੈ ਚੱਲਿਆ ਸੀ ਇਹਦੇ ਚ ਪਾਵਰ ਬਾਲੀ ਹੈ ਹੰਸਾ ਬਾਰੇ ਕਾਲੇ ਨੇ ਅੱਜ ਐਸ ਐਸ ਪੀ ਮੰਗਾਇਆ ਫੌਜ ਦਾ ਕਹਿੰਦਾ ਵੀ ਕੋਈ ਕਸਰ ਨਹੀਂ ਛੱਡਣੀ ਸਲੈਚਾ ਬੜਾ ਚੀਤਾ ਵੀ ਕਨੇਡਾ ਬੈਠਾ ਕਹਿੰਦਾ ਵੀ ਯਾਰ ਨੂੰ ਵਧਾਈਆਂ ਨੇ ਕਿ ਯਾਰੀ ਜੱਟ ਦੀ ਤੂਤ ਦਾ ਮੋਛਾ ਕਦੇ ਨਹੀਂ ਬਚਾਲੋ ਟੁੱਟਦੀ ਕਦੇ ਨਹੀਂ ਬਚਾਲੋ ਟੁੱਟਦੀ ਆਹ ਸਾਹਮਣੇ ਟੱਕਰ 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 ਸਿਰੇ ਦੀ ਮੁੰਡਾ ਬੱਟੀ ਸਿਰਾ ਲਾ ਗਿਆ ਤੇ ਰੇਡ ਤੇ ਸੁਲਤਾਨ ਆ ਗਿਆ ਰੇਡ ਤੇ ਸੁਲਤਾਨ ਆ ਗਿਆ ਇਧਰ ਕਹਿੰਦੇ ਚਾਰ ਪੱਲੇ 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 ਉਹ ਸਵਾਦ ਕਬੱਡੀ ਦਾ ਹੁਸ਼ਿਆਰੇ ਨੇ ਟਰਾਈ ਕੀਤੀ ਹੈ ਅਗਲੀ ਰੇਡ ਤੇ ਕਹਿੰਦੇ ਰਮਣ ਮੱਲੀਆਂ ਵਾਲਾ ਮੇਰੇ ਮਿੱਤਰੋ ਰਮਣ ਮੱਲੀਆਂ ਵਾਲਾ ਮੇਰੇ ਮਿੱਤਰੋ ਉਧਰ ਤੁਕਿਆਂ ਵਾਲਾ ਤਿਆਰ ਹੈ ਸ਼ਰਨਾ ਤਿਆਰ ਹੈ ਮੁੰਡੇ ਕਹਿੰਦੇ ਲੱਖੇ ਵਰਗੇ ਮੁੰਡੇ ਫੂਲੇ ਵਰਗੇ ਕਹਿੰਦੇ ਤਿਆਰ ਹੈ ਉਧਰ ਦਰਸ਼ਕਾਂ ਨੂੰ ਕਹਿੰਦੇ ਅੱਜ ਸਾਈਕਲ ਸਾਈਕਲ ਪੈਂਤੀ 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 ਕੱਢੇ ਗਏ ਇੱਧਰ ਤੁਕ 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 ਲਓ 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 ਓਏ ਆਇਆ ਨਜ਼ਾਰਾ ਆਇਆ ਨਜ਼ਾਰਾ ਬਾਈ ਦਾ ਲਲਕਾਰਾ ਨੰਗਲ ਵੀ ਆ ਪਿੰਡ ਨੂੰ ਦੇਖ ਰਿਹਾ ਅੱਜ ਜੱਗ ਸਾਰਾ ਮਾਤਾ ਪੰਜਾਬ ਕੌਰ ਦੀ ਕਿਰਪਾ ਹੈ ਮੇਰੇ ਵੀਰੋ ਮਾਤਾ ਪੰਜਾਬ ਕੌਰ ਦੀ ਕਿਰਪਾ ਹੈ ਜੱਗ ਸਾਂਝ ਵੀ ਯੂਕੇ ਤੋਂ ਦੇਖਣਾ ਹੋਵੇਗਾ ਔਰ ਸਾਹਮਣੇ ਇਸ ਵੇਲੇ ਕਹਿੰਦੇ ਕਬੱਡੀ ਮੇਰੇ ਵੀਰੋ ਸੰਦੀਪ ਲੁੱਦਰ ਨੇ ਪਾਈ ਹੈ ਹੁਣ ਟੈਂਕ ਤੇ ਲੜਾਈ ਵਾਲੇ ਜਹਾਜ਼ ਦਾ ਮੁਕਾਬਲਾ ਹੋ ਗਿਆ ਇੱਕ ਪਾਸੇ ਰਸ਼ੀਅਨ ਤੇ ਦੂਸਰੇ ਪਾਸੇ ਅਮਰੀਕਾ ਦਾ ਜਹਾਜ਼ ਹੈ ਪਰ ਲੈ ਵੀ ਕਾਲਿਆ ਉਹ ਪਾਦੇ ਭੰਗੜਾ ਹਾਲਸਾ ਵਾਲਿਆ ਉਹ ਕਾਲੇ ਹਾਲਸਾ ਵਾਲਿਆ ਪਾਦੇ ਭੰਗੜਾ ਆਹ ਨਜ਼ਾਰਾ ਆਇਆ ਮੇਰੇ ਵੀਰੋ ਉਹ ਮੇਲਾ ਵਧੀਆ ਲੱਗਿਆ ਉਧਰ ਗੁਰਤੇਜ ਕਹਿੰਦੇ ਸੰਗਰੂਰ ਤੋਂ ਆਇਆ ਗੁਰਤੇਜ ਕੋਟਲਾ ਪੰਜਾਬੀ ਬਾਬਾ ਜੀ ਸਰਾਰਾ ਰਣੂਆ ਦੇ ਨੰਬਰ ਨੇ 42
ਬੱਡੀ ਕਲਾਬ ਸਾਢੇ ਪੰਜਾਹ ਦਰਸ਼ਕ ਵੀਰੋ 50 ਮਾਰੀ ਹੈ ਗਰਾਊਂਡ ਬਿਲਕੁਲ ਕਲੀਅਰ ਹੋਵੇਗਾ ਇਹਦਾ ਇਹ ਫਾਈਨਲ ਮੈਚ ਜਿਹੜਾ ਇਹਦਾ ਰਿਜ਼ਲਟ ਆਪਣੇ ਕੋਲੇ ਆ ਗਏ ਨੇ ਜਿੱਤਣ ਵਾਲੀ ਟੀਮ ਜਿਹੜੀ ਆ ਉਹ ਹੈ ਸ਼ਾਹਕੋਟ ਤੇ ਸਰਹਾਲਾ ਰਣੂ ਜਿਹੜੀ ਦੂਜੇ ਨੰਬਰ 'ਤੇ ਰਹੀ ਹੈ ਬਾਗੜੀਆ ਸਾਹਿਬ ਕਿਹੜੇ ਦੋ ਪਲੇਅਰ ਨੇ ਜਿਹੜੇ ਬੈਸਟ ਨਿਕਲੇ ਨੇ ਅੱਜ ਦੇ ਟੂਰਨਾਮੈਂਟ ਦੇ ਨੰਗਲੇ ਵੀ ਦੇ ਟੂਰਨਾਮੈਂਟ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਹੜਾ ਸ਼ਾਹਕੋਟ ਤੇ ਸਰਹਾਲਾ ਰਣੂ ਦਾ ਮੈਚ ਆ ਇਸ ਸ਼ਾਹਕੋਟ ਨੇ 4 ਜੱਫਿਆਂ ਨੇ ਜਿੱਤਿਆ 8.5 ਨੰਬਰਾਂ ਨਾਲ ਉਹਨੇ ਲੀਡ ਕੀਤੀ ਆ ਔਰ ਇਹਦੇ ਵਿੱਚ ਬੈਸਟ ਜਿਹੜਾ ਰੇਡਰ ਆ ਉਹ ਸੁਲਤਾਨ ਸ਼ਮਸ਼ਪੁਰੀਆ ਉਹਨੇ 14 ਕਬੱਡੀਆਂ ਪਾਈਆਂ ਨੇ ਇੱਕ ਜੱਫਾ ਲੱਗਿਆ ਅਤੇ 13 ਅੰਕ ਉਹਨੇ ਹਾਸਲ ਕੀਤੇ ਨੇ ਇਸ ਕਰਕੇ ਉਹ ਮੈਚ ਦਾ ਇਹ ਟੂਰਨਾਮੈਂਟ ਦਾ ਨੰਗਲ ਅੰਬੀਆਂ ਦਾ ਬੈਸਟ ਰੇਡਰ ਹੈ ਸੁਲਤਾਨ ਅਤੇ ਜਾਫੀ ਕਿਹੜਾ ਰਿਹਾ ਜੀ ਬੈਸਟ ਜਿਹੜਾ ਹੈਗਾ ਜਿਹੜਾ ਜੀ ਸ਼ਾਹਕੋਟ ਦਾ ਹੀ ਫੂਲਾ ਸ਼ੂਸ਼ਕ ਔਰ ਉਹਨੇ 8 ਟੱਚ ਲੈ ਕੇ 4 ਜੱਫੇ ਲਾਏ ਨੇ ਇਸ ਕਰਕੇ ਫੂਲਾ ਸ਼ੂਸ਼ਕ ਵਾਲਾ ਜਿਹੜਾ ਉਹ ਇਸ ਟੂਰਨਾਮੈਂਟ ਦਾ ਬੈਸਟ ਜੱਫਾ ਮੈਚ ਤੁਹਾਨੂੰ ਮੈਚ ਕਿਹੋ ਜਿਹਾ ਲੱਗਿਆ ਬਾਗੜੀਆ ਸਾਹਿਬ ਕਿਹੋ ਜਿਹਾ ਲੱਗਿਆ ਮੈਚ ਮੈਨੂੰ ਵੀ ਇੱਥੋਂ ਵਾਲੀ ਨੂੰ ਅਤੇ ਔਨਲਾਈਨ ਦੇਖਣ ਵਾਲਿਆਂ ਨੂੰ ਵੀ ਮੈਨੂੰ ਲੱਗਿਆ ਵੀ ਇਸ ਤੋਂ ਵਧੀਆ ਮੈਚ ਕਦੇ ਕਦੇ ਦੇਖਣ ਨੂੰ ਮਿਲਦਾ ਬਹੁਤ ਵਧੀਆ ਰੌਚਕ ਮੈਚ ਸੀ ਔਰ ਨੈਕ ਟੂ ਨੈਕ ਫਾਈਟ ਜਿਹੜੀ ਦੇਖੀ ਬਹੁਤ ਬਹੁਤ ਸ਼ੁਕਰੀਆ ਬਾਗੜੀਆ ਸੋ ਦੋਸਤੋ ਇਹ ਮੈਚ ਜਿਹੜਾ ਸੀ ਇਹ ਸਮਾਪਤ ਹੋ ਗਿਆ ਤੁਹਾਨੂੰ ਸਾਡੀ ਕੋਸ਼ਿਸ਼ ਕਿਹੋ ਜਿਹੀ ਲੱਗੀ ਥੰਬਸ ਅਪ ਦਾ ਬਟਨ ਜਾਂਦੇ ਜਾਂਦੇ ਕਲਿੱਕ ਕਰ ਜਾਓ ਨਾਲ ਹੀ ਯੂਟਿਊਬ ਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਤੁਹਾਡਾ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਇਸੇ ਤਰ੍ਹਾਂ ਜੁੜਦੇ ਰਹੋ ਧੰਨਵਾਦ